ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਤਿਹਾਸ ਦੇ ਪੰਨਿਆਂ ਤੇ ਉੱਕਰੀ ਹੋਈ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਰਦ ਅਗੰਮਣੇ ਦੀ ਇੱਕ ਵਿਲੱਖਣ ਦਾਸ ਦਾ ਉਹਨਾਂ ਦੇ ਜੀਵਨ ਦੀ ਆਪਾਂ ਵਿਚਾਰ ਕਰਦੇ ਆਦੇ ਸਨ 1704 ਦੇ ਵਿੱਚ ਜਦੋਂ ਅਜਮੇਰ ਚੰਦ ਬਹੁਤ ਸਾਰੀਆਂ ਫੌਜਾਂ ਲੈ ਕੇ ਹਮਲਾ ਕਰਦਾ ਹੈ ਉਹ ਕੁਰੂ ਕਰਦਾ ਨਿਸ਼ਾਨ ਸ਼ੰਭਨ ਵਾਲੇ ਭਾਈ ਮਾਨ ਸਿੰਘ ਜੀ ਨਿਸ਼ਾਨ ਕੀ ਤੇ ਉਹਨਾਂ ਦੇ ਜ਼ਖਮੀ ਹਾਲਤ ਵਿੱਚ ਦੇਖ ਸਤਕੁਰ ਜੀ ਨੇ ਇੱਕ ਆਪਣੀ ਦਸਤਾਰ ਵਿੱਚੋਂ ਛੋਟੀ ਜਿਹੀ ਲੀਲ ਕੱਢ ਕੇ ਪਈ ਮਾਨ ਸਿੰਘ ਦੀ ਦਸਤਾਰ ਵਿੱਚ ਟੰਗਣੀ ਇੱਕ ਸਪਸ਼ਟ ਕਰ ਦਿੱਤਾ ਜਿਸ ਨਿਸ਼ਾਨ ਨੂੰ ਤੂੰ ਨਿਮਾ ਕਰਨਾ ਚਾਹੁੰਨਾ ਹੈ ਉਹ ਨਿਸ਼ਾਨ ਸਿੱਖ ਦੇ ਸਿਰ ਉੱਤੇ ਇਸ ਗੱਲ ਦੀ ਯਾਦ ਵਿੱਚ ਸਦਾ ਝੁਲਦਾ ਰਹੇਗਾ ਕਿ ਸਿੱਖ ਦੀ ਸੋਚ ਕਦੇ ਹਾਕਮਾਂ ਦੀ ਗੁਲਾਮੀ ਨਹੀਂ ਕਰਦੀ ਇਹ ਜੀ ਸੋਚ ਸਦੀਵ ਅਟੱਲ ਹੈ ਔਰ ਏਸ਼ ਕਲ ਦਾ ਇੱਕ ਨਿਰੰਤਰ ਪ੍ਰਵਾਹ ਚਲਾਉਣ ਵਾਸਤੇ ਇਹ ਵੀ ਇੱਕ ਬਚਨ ਸਾਡੇ ਕੋਲ ਮਿਲਦਾ ਹੈ ਦਾਤਾਰ ਜੀ ਨੇ ਆਪਣੇ ਛੋਟੇ ਸਹਿਬਜ਼ਾਦੇ ਬਾਬਾ ਫਤਿਹ ਸਿੰਘ ਦੇ ਸਿਰ ਤੇ ਦਸਤਾਰਾ ਸਜਾ ਕੇ ਉਹਦੇ ਵੀ ਇੱਕ ਫਰਲਾ ਛੱਡ ਕੇ ਇਹ ਗੁਰੂਕੀਆਂ लाਡਲੀਆਂ ਫੌਜਾਂ ਦੀ ਸ਼ੁਰੂਆਤ ਕੀਤੀ ਸੀ ਅਨੰਦਪੁਰ ਸਾਹਿਬ ਦੀ ਧਰਤੀ ਉਤੇ ਗੁਰਦੁਆਰਾ ਦਮਾਲਗੜ੍ਹ ਸਾਹਿਬ ਇਸ ਮਿੱਠੀ ਪਿਆਰੀ ਯਾਦ ਨੂੰ ਸੰਭਾਲੀ ਬੈਠਾ ਹੈ ਸੋਚ ਏਡੀ ਉੱਚੀ ਰੱਖਣੀ ਹੈ ਜਿਦੇ ਵਿੱਚ ਵਿਕਾਰ ਨਹੀਂ ਬਲਕਿ ਪਿਆਰ ਹੋਵੇ 1704 ਦੇ ਇੱਕ ਛੋਟਾ ਜਿਹਾ ਜ਼ਿਕਰ ਮੈਂ ਖੋੜ ਕਰਕੇ ਗੱਲ ਨੂੰ ਅੱਗੇ ਤੋਰਨਾ ਹੁਣ ਇਹਦੇ ਤੋਂ ਸਾਨੂੰ ਗੁਰੂ ਦੀ ਸੋਚ ਦਾ ਪਤਾ ਲੱਗ ਜਾਣਾ ਚਾਹੀਦਾ ਬਿਲਕੁਲ ਪ੍ਰਤੱਖ ਰੂਪ ਵਿੱਚ ਪਤਾ ਲੱਗ ਜਾਣਾ ਚਾਹੀਦਾ ਉਹ ਕੀ ਜਦੋਂ ਹਾਕਮ ਚੜ੍ਹ ਕੇ ਆ ਰਹੇ ਨੇ ਉਹਨਾਂ ਦੇ ਮਨ ਵਿੱਚ ਈਰਖਾ ਦਵੇਸ਼ ਭਾਵਨਾ ਇਤਨਾ ਵੱਡਾ ਹੰਕਾਰ ਉਹਨਾਂ ਦੇ ਅੰਦਰ ਹੈ ਉਹ ਹਰ ਗੱਲੋਂ ਗੁਰੂ ਘਰ ਨੂੰ ਢਾਲਾਉਣੀ ਚਾਹੁੰਦੇ ਨੇ ਪਰ ਗੁਰੂ ਸਾਹਿਬ ਦਾ ਜਿਹੜਾ ਵਿਚਾਰ ਹੈ ਉਹ ਬਿਲਕੁਲ ਬਿਲਖਣ ਤਰ੍ਹਾਂ ਦਾ ਹੈ ਗੁਰੂ ਦੇ ਦਰਬਾਰ ਵਿੱਚ ਇੱਕ ਦਿਨ ਸ਼ੂਰਮਿਆਂ ਦੀ ਸ਼ੂਰਮਤਾਈ ਤੇ ਯੋਧਿਆਂ ਦੀ ਬਹਾਦਰੀ ਤੇ ਅਤੇ ਹਥਿਆਰ ਵਿੱਦਿਆ ਦੇ ਉੱਤੇ ਬੜੀ ਪਿਆਰੀ ਚਰਚਾ ਚੱਲਦੀ ਸੀ ਉਹ ਚਰਚਾ ਚੱਲਦੇ ਆ ਗੁਰੂ ਦਰਬਾਰ ਵਿੱਚ ਇਹਦੇ ਨਾਲ ਹੀ ਇੱਕ ਅਜੀਬ ਕਿਸਮ ਦੀ ਸ਼ਿਕਾਇਤ ਵੀ ਆਈ ਸਹਿਬ ਜੀ ਜਿੱਥੇ ਤੁਹਾਡੇ ਯੋਧੇ ਅਤ ਦੇ ਪਿਆਰੇ ਕਾਰਨਾਮੇ ਕਰ ਰਹੇ ਨੇ ਉਥੇ ਹਰਾਨੀ ਦੀ ਗੱਲ ਐ ਭਾਈ ਕਨਈਆ ਜੀ ਵਰਗੇ ਇਹ ਚੁੱਕ ਚੁੱਕ ਉਹਨਾਂ ਦੁਸ਼ਮਣਾਂ ਨੂੰ ਪਾਣੀ ਪਿਆਰੇ ਨੇ ਜਿਹਨੂੰ ਸਖਤ ਮੁਕਾਬਲਾ ਕਰਕੇ ਉਹਦੀ ਜ਼ਿੰਦਗੀ ਦਾ ਅੰਤ ਨੇੜੇ ਹੋਣ ਲੱਗਦਾ ਉਹ ਧਰਤੀ ਤੇ ਡਿਗਿਆ ਪਿਆ ਐਸ਼ਬਲੇ ਉਹਨੂੰ ਬਹਾਦਰੀ ਭੁੱਲ ਗਈ ਸਭ ਕੁਝ ਭੁੱਲ ਗਿਆ ਸਵਾਸ ਗਿਣ ਰਿਹਾ ਜ਼ਿੰਦਗੀ ਦੇ ਪਲ ਗਿਣ ਰਿਹਾ ਉਹ ਦੁਨੀਆ ਤੋਂ ਜਾਣ ਲੱਗਿਆ ਹੁੰਦਾ ਹੈ ਤੇ ਉਹਦੀ ਜ਼ਬਾਨੋਂ ਪਾਣੀ ਪਾਣੀ ਸ਼ਬਦ ਨਿਕਲਦਾ ਇਹ ਤੇਰਾ ਲਾੜਲਾ ਭੱਜ ਕੇ ਜਾ ਕੇ ਉਹਦੇ ਮੂੰਹ 'ਚ ਪਾਣੀ ਦੀਆਂ ਘੁੱਟਾਂ ਪਾਉਂਦਾ ਉਹਨੂੰ ਸੁਭਾਲਦਾ ਅਸੀਂ ਹੈਰਾਨੀ ਦੀ ਗੱਲ ਐ ਭਈ ਕਈ ਵਾਰੀ ਸਾਨੂੰ ਹੈਰਾਨੀ ਹੁੰਦੀ ਭਾਈ ਕਨਈਆ ਜੀ ਵਰਗਾ ਸਿੱਖ ਜਿਹੜਾ ਉਹ ਜਿਸ਼ੂਨਾ ਦੇ ਮੂੰਹ 'ਚ ਪਾਣੀ ਪਾਵੇ ਹੁਣ ਸਹਿਬ ਨੂੰ ਤੇ ਪਤਾ ਹੈ ਹਜ਼ੂਰ ਨੂੰ ਤਾਂ ਪਤਾ ਹੈ ਪਰ ਸ਼ੰਕਾ ਤੇ ਸਿੱਖਾਂ ਦਾ ਨਾ ਉਹਨਾਂ ਸਿੱਖਾਂ ਦਾ ਸ਼ੰਕਾ ਨਿਵਰਤ ਕਰਨ ਵਾਸਤੇ ਮੇਰੇ ਪਾਤਸ਼ਾਹ ਨੇ ਕਿਰਪਾ ਕੀਤੀ ਅੱਜ ਭਰੇ ਦਰਬਾਰ ਵਿੱਚ ਭਾਈ ਕਨਈਏ ਦੇ ਮੂੰਹੋਂ ਹੀ ਇਹ ਗੱਲ ਕਹਣੀ ਚਾਹੁੰਦੇ ਨੇ ਸਤਗੁਰੂ ਜੀ ਨੇ ਬੜੇ ਪਿਆਰ ਨਾਲ ਬਚਨ ਪੁੱਛਿਆ ਕਹਿਣ ਲੱਗੇ ਭਾਈ ਸਿਵ ਜੀ ਇਹ ਸਿੱਖਾਂ ਦੀ ਮਨੁਸ਼ਕ ਕਹਿਤ ਆਈ ਹੈ ਤੁਸੀਂ ਦੁਸ਼ਮਣਾਂ ਨੂੰ ਪਾਣੀ ਪਿਲਾ ਰਹੇ ਭਾਈ ਕਨਈਏ ਜੀ ਨੇ ਹੱਥ ਜੋੜੇ ਸਤਗੁਰੂ ਮੈਂ ਦੁਸ਼ਮਣਾਂ ਨੂੰ ਪਾਣੀ ਨਹੀਂ ਪਿਲਾ ਰਿਆ ਉਹ ਕਹਿਣ ਲੱਗੇ ਫਿਰ ਇਹ ਸਿੱਖ ਝੂਠ ਬੋਲਦੇ ਨੇ ਕਹਿਣ ਲੱਗੇ ਨਹੀਂ ਪਾਤਸ਼ਾਹ ਤੇਰੇ ਸਿੱਖ ਕੋ ਮੇਰੇ ਝੂਠ ਬੋਲੇ ਸਿੱਖ ਵੀ ਸੱਚੀ ਗੱਲ ਕਹਿੰਦੇ ਹੋਣਗੇ ਪਰ ਮੈਂ ਦੁਸ਼ਮਣ ਨੂੰ ਪਾਣੀ ਨਹੀਂ ਪਿਲਾਇਆ ਇਹ ਦੁਸ਼ਮਣ ਨੂੰ ਮਾਰ ਰਹੇ ਨੇ ਮੈਂ ਦੁਸ਼ਮਣੀ ਨੂੰ ਮਾਰ ਰਿਹਾ ਹਾਂ ਫਰਕ ਸਿਰਫ ਇਹਨਾਂ ਹੈ ਜੰਗ ਦੇ ਮੈਦਾਨ ਵਿੱਚ ਮਾਰਨ ਵਾਸਤੇ ਭੇਜਦੇ ਹੋ ਤੁਸੀਂ ਇਹ ਦੁਸ਼ਮਣ ਨੂੰ ਮਾਰ ਰਹੇ ਨੇ ਮੈਂ ਦੁਸ਼ਮਣੀ ਨੂੰ ਮਾਰ ਰਿਹਾ ਹਾਂ ਫਰਕ ਸਿਰਫ ਇਹਨਾਂ ਹੈ ਉਹਨੂੰ ਕਿਸੇ ਕਵੀ ਨੇ ਬੜੇ ਸੋਹਣੇ ਬਚਨਾਂ ਵਿੱਚ ਬਿਆਨ ਕੀਤਾ ਬੈਠੇ ਸਨ ਦਰਬਾਰ ਚ ਇੱਕਦਮ ਸ੍ਰੀ ਗੁਰੂ ਜੀ ਸਭਾ ਲਗਾਈ ਕਹਿਰ ਹੋ ਗਿਆ ਗਜਬ ਹੋ ਗਿਆ ਆਕੇ ਸਿੰਘਾਂ ਇਉਂ ਸੁਣਾਈ ਅਸੀਂ ਮਾਰੀਏ ਅਸੀਂ ਵੱਢੀਏ ਪਰ ਤਨਮੀ ਉਹ ਪਾਈ ਜਾਂਦਾ ਦੁਸ਼ਮਣਾਂ ਤਾਂ ਹੀ ਪਲਾਕੇ ਪਾਣੀ ਮਰਦਿਆਂ ਤਾਂ ਹੀ ਜਵਾਈ ਜਾਂਦਾ ਸਤਗੁਰ ਜੀ ਨੇ ਹੁਣ ਭਾਈ ਕਨਈਆ ਜੀ ਨੂੰ ਗੱਲ ਪੁੱਛੀ ਉਹਨਾਂ ਨੇ ਅੱਗੇ ਜਵਾਬ ਦਿੱਤਾ ਮੈਂ ਤਾਂ ਉਹ ਹਕਾਰ ਹੀ ਕੀਤੀ ਜੋ ਸਤਗੁਰ ਜੀ ਤੋਂ ਸੌ ਫਰਮਾਈ ਜਾਦੀ ਤੁਹਾਡੀ ਸੰਗਤ ਪਾਈ ਇੱਕੋ ਤੁਕ ਹੈ ਮਨ ਵਸਾਈ ਨਾ ਕੋ ਬੈਰੀ ਨਹੀਂ ਬੇਗਾਨਾ ਸકલ ਸੰਗ ਹਮ ਕੋ ਬਣਾਈ ਜਿਨਾ ਕੀਤੀ ਸ਼ਿਕਾਇਤ ਹੈ ਮੇਰੀ ਉਹ ਕੀ ਜਾਣਨ ਪਿਆਰ ਦਾ ਦੁਖੜਾ ਮੈਂ ਜਿਸ ਮੁਖ ਵਿੱਚ ਪਾਣੀ ਪੋਣਾ ਮੈਨੂੰ ਦਿਸਦਾ ਤੇਰਾ ਮੁਖੜਾ ਸਤਿਗੁਰੂ ਮੈਨੂੰ ਤੇ ਤੇਰਾ ਹੀ ਦਿਦਾਰ ਨਜ਼ਰ ਆਉਂਦਾ ਤੇ ਦਾਤਾ ਜੀ ਇੱਕ ਕਿਰਪਾ ਕਰੋ ਮੈਂ ਉਹਨਾਂ ਦੇ ਅੰਦਰੋਂ ਦੁਸ਼ਮਣੀ ਖਤਮ ਕਰਨਾ ਚਾਹੁੰਨਾ ਮੈਂ ਤੇ ਦੁਸ਼ਮਣੀ ਨੂੰ ਮਾਰਦਾ ਸਹਬ ਨੇ ਕਿਰਪਾ ਕੀਤੀ ਭਾਈ ਕਨਈਆ ਜੀ ਨੂੰ ਬਚਨ ਆਖਿਓ ਭਲਿਆ ਹੰਕੁਰੂ ਘਰ ਦੇ ਵਿੱਚੋਂ ਕੱਲੀ ਤੁਸੀਂ ਅੱਜ ਤੋਂ ਬਾਅਦ ਪਾਣੀ ਦੀ ਦਾਤ ਨਹੀਂ ਦੇਣੀ ਬਲਕਿ ਆ ਮੱਲਮ ਪੱਟੀ ਲਵੋ ਤੇ ਇਹ ਦਵਾਈ ਲਵੋ ਜਿਸ ਨੂੰ ਬਹੁਤ ਜ਼ਿਆਦਾ ਜ਼ਖਮੀ ਹੋਇਆ ਦੇਖੋ ਤੇ ਉਹਦੇ ਤੇ ਪੱਟੀ ਵੀ ਕਰ ਦਿਓ ਉਹਨੂੰ ਦਵਾਈ ਵੀ ਦੇ ਦਿਓ ਹੁਣ ਇਹ ਗੁਰੂ ਦੀ ਵਿਚਾਰਧਾਰਾ ਹੈ ਮੈਂ ਬੇਨਤੀ ਕਰਾਂ ਸਾਡੀ ਹਜੇ ਕੌਮ ਦੇ ਪੱਖ ਤੋਂ ਇਹ ਸਾਡੀ ਕਮਜ਼ੋਰੀ ਹੈ ਬਾਅਦ ਵਿੱਚ ਹੈਨਰੀ ਡਿਊਨਾਰਟ ਦੇ ਉੱਤੇ ਉਹ ਜਿਹੜਾ ਰੈੱਡ ਕਰਾਸ ਦੀ ਸ਼ੁਰੂਆਤ ਦਾ ਉਹਨੂੰ ਸੰਸਾਰ ਦੇ ਵਿੱਚ ਬਹੁਤ ਵੱਡਾ ਸਨਮਾਨ ਮਿਲਿਆ ਅਸਲ ਵਿੱਚ ਉਹਦੀ ਨੀਂ ਉਹਦੀਆਂ ਜੜ੍ਹਾਂ ਗੁਰੂ ਨਾਨਕ ਦੀ ਵਿਚਾਰਧਾਰਾ ਤੋਂ ਸ਼ੁਰੂ ਹੁੰਦੀਆਂ ਨੇ ਜੀਦਾ ਅਸਲ ਵਿੱਚ ਪ੍ਰਤੱਖ ਰੂਪ ਭਾਈ ਕਨਈਆ ਅਸੀਂ ਅਜੇ ਇਤਿਹਾਸ ਤੇ ਬਹੁਤ ਐਸੇ ਪੱਖ ਨੇ ਜਿਹੜੇ ਦੁਨੀਆ ਨੂੰ ਦੱਸ ਨਹੀਂ ਸਕੇ ਵਰਨਾ ਉਹ ਜਿਹੜੀਆਂ ਅੱਜ ਸੰਸਾਰ ਦੀਆਂ ਚੰਗਿਆਈਆਂ ਨੇ ਉਹਨਾਂ ਬਹੁਤੀਆਂ ਚੀਜ਼ਾਂ ਦੀਆਂ ਜੜਾਂ ਗੁਰਮਤਿ ਦੇ ਸਵੇੜੇ ਤੋਂ ਮਿਲ ਜਾਣ ਗਿਆ ਤੋਂ ਮੈਂ ਬੇਨਤੀ ਕਰਨੀ ਚਾਹੁੰਦਾ ਆਪਾਂ ਗੁਰੂ ਘਰ ਦੀ ਅਸਲ ਵਿੱਚ ਵਿਚਾਰਧਾਰਾ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਇਸ 704 ਦੀ ਘਟਨਾ ਹੈ ਅਜਮੇਰ ਚੰਦ ਵਾਲੀ ਜੰਗ ਵਿੱਚ ਇਸ ਤੋਂ ਅਗਲੀ ਅਜ ਵਿਚਾਰ ਇਸ ਵਿਚਾਰ ਨੂੰ ਸਮਝਣ ਵਾਸਤੇ ਮੈਂ ਪਹਿਲੋਂ ਬੇਨਤੀ ਕਰਾਂਗਾ ਆਪਣੀ ਵਿਚਾਰ ਦਾ ਦਾਇਰਾ ਖੁੱਲਾ ਕਰੀਏ ਥੋੜਾ ਜਿਹਾ ਦੂਜੀ ਗੱਲ ਇਤਿਹਾਸ ਨੂੰ ਇੱਕ ਪਾਸੜ ਭਾਰੂ ਕਰ ਦਿੱਤਾ ਜਾਂਦਾ ਹੈ ਜਿਹੜੇ ਹਾਕਮਾਂ ਦੀ ਹਕੂਮਤ ਹੁੰਦੀ ਹੈ ਕੁਝ ਲੋਕ ਉਹਨਾਂ ਦੀ ਖੁਸ਼ਾਮਦ ਦੇ ਕਾਰਨ ਕੁਝ ਲੋਕ ਉਹਨਾਂ ਦਾ ਪੱਖ ਕਰਨ ਦੇ ਕਾਰਨ ਇਤਿਹਾਸ ਦੇ ਬਹੁਤ ਬਾਰੇ ਸੱਚ ਨੂੰ ਲੁਕੋ ਲੈਂਦੇ ਨੇ ਫਿਰ ਜਦੋਂ ਕਦੇ ਸਮੇਂ ਦੀਆਂ ਪਰਤਾਂ ਉਧੜਦੀਆਂ ਨੇ ਇਹ ਸਮੇਂ ਦੀਆਂ ਉਦੜੀਆਂ ਹੋਈਆਂ ਪਰਤਾਂ ਵਿੱਚੋਂ ਦੂਜੇ ਪੱਖ ਨੂੰ ਵੀ ਆਪਣੇ ਬਾਰੇ ਚ ਸੋਚਣ ਵਿਚਾਰਨ ਦਾ ਮੌਕਾ ਮਿਲਦਾ ਹੈ ਵਕਤ ਮਿਲਦਾ ਹੈ ਤੋਂ ਮੈਂ ਬੇਨਤੀ ਕਰਾਂ ਇਹ ਸ਼ਬਦ ਤੁਹਾਡੇ ਕੰਨਾਂ ਤੱਕ ਕਈ ਵਾਰੀ ਪਹੁੰਚੇ ਹੋਣਗੇ ਪਿਛਕਾ ਨੇ ਇਤਿਹਾਸ ਰਚਿਆ ਬਹੁਤ ਤੇ ਬਣਾਇਆ ਬਹੁਤ ਹੈ ਪਰ ਉਹਨਾਂ ਸੰਭਾਲ ਨਹੀਂ ਸਕੇ ਮੈਂ ਦੋਸ਼ ਨਹੀਂ ਕਹਿ ਸਕਦਾ ਮੈਂ ਵਕਤ ਕਹਿ ਸਕਦਾ ਵੀ ਉਹਨਾਂ ਨੂੰ ਉਸ ਵੇਲੇ ਵਕਤ ਨਹੀਂ ਮਿਲਿਆ ਹਾਲਾਤ ਐਸੇ ਸਨ ਜ਼ਿੰਦਗੀ ਨੇ ਪੈਰ ਟਿਕਾਉਣੇ ਔਖੇ ਕੀਤੇ ਹੋਏ ਸੀ ਅੱਜ ਮੈਂ ਇੱਕ ਇਤਿਹਾਸ ਦੇ ਉਹ ਪੱਖ ਤੁਹਾਡੇ ਨਾਲ ਸਾਂਝੇ ਕਰਨੇ ਨੇ ਜਿਹੜੇ ਪੱਖਾਂ ਨੂੰ ਵਿਦਵਾਨਾਂ ਦੀਆਂ ਕਲਮਾਂ ਦੀ ਸ਼ੋਭਾ ਪ੍ਰਾਪਤ ਨਾ ਹੋ ਸਕੀ ਸਾਡੇ ਰੂਝੇ ਮਿਆਨੇ ਵੀ ਉੱਧਰ ਸਾਡਾ ਧਿਆਨ ਨਾ ਜਾਣ ਦਿੱਤਾ ਇੱਕ ਬਣੀ ਹੋਈ ਲੀਹਾਂ ਦੇ ਵਿੱਚ ਹੀ ਅਸੀਂ ਸੋਚਦੇ ਰਹੇ ਤੇ ਉਹਦਾ ਦੂਜਾ ਪੱਖ ਸੀ ਜਿਹੜਾ ਉਹ ਸਾਹਮਣੇ ਨਾ ਆ ਸਕਿਆ ਅੱਜ ਉਹ ਇਹ ਜੇ ਇਹ ਕੁਝ ਪੱਖ ਮੈਂ ਤੁਹਾਡੇ ਨਾਲ ਸਾਂਝੇ ਕਰਨਾ ਚਾਹੁੰਨਾ ਹਾਂ ਸ਼ੁਰੂਆਤ ਕਰਨੀ ਆਪਾਂ ਪਹਿਲੀ ਬੇਨਤੀ ਇਹ ਕਰਾਂ ਗੁਰੂ ਨਾਨਕ ਦੇਵ ਜੀ ਦੀ ਆਵਾਜ਼ ਨੇ ਮਨੁੱਖਤਾ ਦੇ ਦਰਦ ਨੂੰ ਪਛਾਣਿਆ ਅਤੇ ਉਸ ਵੇਲੇ ਦੇ ਜ਼ਰਵਾਣਿਆਂ ਨੂੰ ਪਛਾਣਿਆ ਇੱਕ ਪਾਸੇ ਨਮਾਨਾ ਸੀ ਦੂਜੇ ਪਾਸੇ ਜ਼ਰਵਾਣਾ ਸੀ ਨਮਾਨੇ ਦੀ ਬਾਹ ਪਕੜ ਸਿਰ ਉੱਚਾ ਕਰਕੇ ਜਿਉਣ ਦੀ ਜੱਤ ਸਿਖਾਈ ਉਹਦੀ ਮਦਦ ਕੀਤੀ ਜ਼ਰਵਾਣੇ ਨੂੰ ਪਾਪ ਦੀ ਜੰਜ ਲੈ ਕੇ ਆਇਆ ਹੋਇਆ ਤੇ ਪਾਪ ਦੀ ਜਾਂਚ ਦਾ ਮੁਖੀ ਕਹਿ ਕੇ ਰਾਜੇ ਸ਼ੀਮ ਮੁਕਦਮ ਕੁੱਤੇ ਜਾਇ ਦੇ ਗੈਨ ਬੈਠੇ ਸੁੱਤੇ ਦੀ ਆਵਾਜ਼ ਕੱਢ ਕੇ ਗਰੀਬ ਨੂੰ ਬੁਲੰਦ ਹੌਸਲੇ ਨਾਲ ਜਿਉਣ ਦੀ ਤਾਕਤ ਬਖਸ਼ੀ ਸਤਕੁਰ ਜੀ ਨੇ ਇਸ ਸੱਚ ਦੀ ਆਵਾਜ਼ ਨੂੰ ਕੀਮਤ ਵੀ ਅਦਾ ਕਰਨੀ ਪਈ ਜਿਹਦਾ ਪ੍ਰਤੱਖ ਰੂਪ ਚ ਆਪਾਂ ਸਬੂਤ ਦੇਖਦੇ ਆਂ ਤਤਿਆਂ ਤਵੀਆਂ ਤੋਂ ਗੁਜ਼ਰ ਕੇ ਇਸ ਸੱਚ ਦੀ ਆਵਾਜ਼ ਨੇ ਅਕਾਲ ਤਖਤ ਰੂਪ ਧਾਰਨ ਕੀਤਾ ਇਹ ਵੀ ਇੱਕ ਸੋਚ ਹੈ ਅਕਾਲ ਤਖਤ ਨੇ ਇਹ ਗੱਲ ਸਪਸ਼ਟ ਕੀਤੀ ਕਿ ਸਾਹਮਣੇ ਦਰਬਾਰ ਦੇ ਵਿਚਾਰ ਵਿੱਚੋਂ ਅਗਰ ਕੋਈ ਹਾਕਮ ਇਸ ਆਵਾਜ਼ ਨੂੰ ਬੰਦ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਸਾਹਮਣੇ ਬੈਠਾ ਅਕਾਲ ਤਖਤ ਹਥਿਆਰ ਧਾਰਨ ਕਰਕੇ ਇੱਕ ਸੋਚ ਉਹ ਹੈ ਫਿਰ ਤੈਨੂੰ ਜੰਗ ਦੇ ਮੈਦਾਨਾਂ 'ਚ ਟਕਰਾਂਗੇ ਛੇ ਮੇ ਪਾਠਿਆ ਨੇ ਚਾਰ ਜੰਗਾਂ ਲੜ ਕੇ ਇਸ ਕਲ ਦਾ ਸਪਸ਼ਟ ਸਬੂਤ ਦਿੱਤਾ ਭਈ ਇਸ ਵਿਚਾਰ ਧਾਰਾ ਦਾ ਪਹਿਰੇਦਾਰ ਇਸ ਖਜ਼ਾਨੇ ਦਾ ਪਹਿਰੇਦਾਰ ਸੁਚੇਤ ਤੇਰਾ ਹੱਥ ਇੱਥੇ ਤੱਕ ਪਹੁੰਚਣ ਨਹੀਂ ਦੇਵੇਗਾ ਆਪਣੀ ਕੁਦਰਤੀ ਗੱਲ ਸੀ ਇਸ ਵਿਚਾਰ ਧਾਰਾ ਦਾ ਰਾਖਾ ਸ਼੍ਰੀ ਅਕਾਲ ਤਖਸੈ ਬਣ ਕੇ ਸਾਹਮਣੇ ਸੋਚ ਦੇ ਰੂਪ ਚਾਇਆ ਇਹਦੇ ਲਈ ਜੰਗ ਲੜਨੇ ਪਏ ਲੜਦੇ ਰਹੇ ਅੱਗੇ ਫਿਰ ਵਿਚਾਰ ਦੇ ਉੱਤੇ ਇੱਕ ਬਹੁਤ ਵੱਡਾ ਹਮਲਾ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਮੇਂ ਉਸ ਵੇਲੇ ਵਿਚਾਰ ਦੀ ਆਜ਼ਾਦੀ ਵਾਸਤੇ ਮਨੁੱਖਤਾ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਫਿਰ ਦੁਬਾਰੇ ਸਮੁੱਚੀ ਮਨੁੱਖਤਾ ਦੀ ਚਾਦਰ ਬਣ ਕੇ ਨਾ ਕਿ ਹਿੰਦ ਦੀ ਚਾਦਰ ਬਣ ਕੇ ਬਿਲਕੁਲ ਨਹੀਂ ਗੁਰੂ ਦੀ ਸੋਚ ਕਤਰੀ ਬ੍ਰਹਮਣ ਸ਼ੂਦ ਵੈਸ਼ ਉਪਦੇਸ਼ ਚੌ ਵਰਨਾ ਕੋ ਸਮਝਾ ਕਿਸੇ ਇਕਲੀ ਨਹੀਂ ਹੈ ਇਹ ਉਹਨਾਂ ਦੀ ਦਿੱਤੀ ਹੋਈ ਰੰਗਤ ਹੈ ਇਤਿਹਾਸ ਨੂੰ ਬਿਲਕੁਲ ਨਹੀਂ ਲੋੜਬੰਦ ਕੋਈ ਵੀ ਆਵੇ ਹਰ ਇੱਕ ਦੇ ਗੁਰੂ ਕਰਮ ਅਧਿਰ ਕਰਦਾ ਹੈ ਤੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਸ ਵੇਲੇ ਉਹਨਾਂ ਧਰਮ ਕਸ਼ਟਾਨਾ ਦੀ ਬੂਹੇ ਖੁੱਲੇ ਰੱਖਣ ਵਾਸਤੇ ਉਨ੍ਹਾਂ ਦੀ ਵਿਚਾਰਧਾਰਾ ਦੀ ਹੋਰ ਹੀ ਮੌਤ ਨੂੰ ਬਚਾਉਣ ਵਾਸਤੇ ਉਨ੍ਹਾਂ ਦੇ ਖਤਮ ਹੋ ਰਹੇ ਧਾਰਮਿਕ ਚਿੰਨ੍ਹਾਂ ਨੂੰ ਬਚਾਉਣ ਵਾਸਤੇ ਤੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਅਤੇ ਗੁਰੂ ਕੇ ਸਿੱਖਾਂ ਦੀ ਸ਼ਹਾਦਤ ਹੋਈ ਉਸ ਤੋਂ ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਵੇਲੇ ਉਹ ਅਕਿਰਤ ਕੰਨ ਲੋਕ ਆਪਣੇ ਉੱਤੇ ਕੀਤੇ ਪਰਪਕਾਰਾਂ ਨੂੰ ਭੁੱਲ ਕੇ ਗੁਰੂ ਕਰਦੀ ਵਿਰੋਧੀ ਬਣ ਗਏ ਇੱਕ ਗੁਰਬਾਣੀ ਦੇ ਬਚਨ ਹੋਰ ਕਹਿ ਲੈਣਾ ਚਾਹੁੰਦਾ ਮਨਮੁਖਾਂ ਕੇਰੀ ਦੋਸ਼ਟੀ ਮਾਇਆ ਕਾ ਸੰਬੰਧ ਦੇਖਦੀ ਆਈ ਭੱਜ ਜਾਣ ਕਦੇ ਨਾ ਪਾਇਨ ਬੰਧ ਜਿਚਰ ਪਹਿਨਨ ਖਾਬਨੇ ਚਿਚਰ ਰੱਖਣ ਗੰਧ ਜਿਸ ਦਿਨ ਕਛੂ ਨਾ ਹੋ ਬਈ ਟਿਸਟਨ ਬੋਲਨ ਕੰਦ ਮਨਮੁਖਤੀ ਦੋਸ਼ਟੀ ਇਹੋ ਜੀ ਹੁੰਦੀ ਐ ਉਹ ਕਦੇ ਨੇੜਤਾ ਨਹੀਂ ਬਣਾ ਸਕਦੀ ਉਹ ਪਰਉਪਕਾਰ ਨੂੰ ਯਾਦ ਨਹੀਂ ਰੱਖਦੀ ਪਹਾੜੀ ਰਾਜਿਆਂ ਦੇ ਰੂਪ ਵਿੱਚ ਉਹ ਸੋਚ ਉੱਪਰ ਕੇ ਸਾਹਮਣੇ ਆਈ ਜਿਹੜੀ ਗੁਰੂ ਘਰ ਨੂੰ ਹਮੇਸ਼ਾ ਚਾਉਂਦੀ ਹੈ ਕਿ ਜਿਸ ਕਰਤੋ ਤੁਹਾਡੀ ਮਦਦ ਕੀਤੀ ਸੀ ਉਸੇ ਕਰਦਾ ਦਰਵਾਜ਼ਾ ਕਿਸੇ ਤਰੀਕੇ ਬੰਦ ਕਰ ਸਕੀਏ ਪਹਾੜੀ ਰਾਜਿਆਂ ਨੇ ਜਦੋਂ ਆਪ ਕੰਮ ਜਾ ਬਣਾ ਹੋ ਸਕੇ ਫਿਰ ਸਰਹੰਦ ਦੀ ਬੂਹੇ ਖੜਕਾਈ ਉੱਥੋਂ ਮੇਰੀ ਮਦਦ ਵੀ ਗੁਰੂ ਘਰ ਦੇ ਵਿੱਚੋਂ ਇਸ ਆਵਾਜ਼ ਨੂੰ ਦਬਾ ਨਾ ਸਕੀ ਲਾਹੌਰ ਦੇ ਬੂਹੇ ਖੜਕਾਈ ਲਾਹੌਰ ਦੇ ਹਾਕਮਾਂ ਵੀ ਆ ਕੇ ਮਦਦ ਕੀਤੀ ਪਰ ਉਹ ਪੂਰਤੀ ਨਾ 파 ਸਕੇ ਇਕਲ ਮੇਰਾ ਸਮਾਂ ਇਹਨਾਂ ਜੰਗਾਂ ਵਿੱਚ ਲੰਘ ਜਾਂਦਾ ਮੈਂ ਫਿਰ ਦੁਬਾਰੀ ਦੁਹਰਾ ਦਿਆਂ ਚੇਤੇ ਰੱਖਣ ਵਾਲੀ ਗੱਲ ਹੈ 1687 ਤੋਂ ਗੱਲ ਸ਼ੁਰੂ ਹੁੰਦੀ ਹੈ ਇਹ ਯਾਦ ਰੱਖਿਓ ਜੇ 1705 ਦੇ ਨਿਦੇਜ਼ਾ ਸਮੇਂ ਦੀ ਮੈਂ ਜ਼ਿਕਰ ਕਰਨ ਲੱਗਾ 1705 ਸਾਲ ਨੇ ਪਹਿਲੇ ਜੰਗ ਵੇਲੇ ਬਾਬਾ ਅਜੀਤ ਸਿੰਘ ਦਾ ਜਨਮ ਹੁੰਦਾ ਉਹ 18 ਸਾਲ ਦਾ ਹੋ ਗਿਆ ਗੁਰੂ ਕਰਨਾ ਕਿਸੇ ਦਾ ਪੈਸਾ ਲੁੱਟਦਾ ਨਾ ਕਿਸੇ ਦੀ ਤੀ ਪੈਣ ਨੂੰ ਮਾੜੀ ਨਜ਼ਰ ਨਾਲ ਦੇਖਦਾ ਨਾ ਕਿਸੇ ਨੇ ਕੋਈ ਬੇਇਨਸਾਫੀ ਕਰਦਾ ਲੰਗਰ ਸਿਕਾਉਂਦਾ ਅਸੀਸਾਂ ਦੇਂਦਾ ਪਿਆਰ ਕਰਦਾ ਫਿਰ ਵੀ ਇਸ ਕਰਦੇ ਦੁਸ਼ਮਣ ਕਿਉਂ ਨੇ ਸੋਚ ਕੇ ਦੇਖੋ ਆਖਰਕਾਰ ਇਤਨੇ 18 ਸਾਲਾਂ ਦੇ ਸਮੇਂ ਵਿੱਚ ਕਿੰਨੇ ਵਾਰੀ ਟਕਰਾਅ ਹੋਏ ਪਰ ਕਾਮਯਾਬੀ ਨਾ ਹੋਈ ਹੁਣ ਉਹਨਾਂ ਨੇ ਇਸ ਵਾਰੀ ਜਿਹੜੀ ਗੱਲ ਹੈ ਨਾ ਬੜੀਆਂ ਮਿਰਚ ਮਸਾਲੇ ਲਾ ਕੇ ਤੇ ਔਰੰਗਜ਼ੇਬ ਦੇ ਦਰਬਾਰ ਤੱਕ ਉਹ ਗੱਲਾਂ ਪਹੁੰਚਾਈਆਂ ਉਹਨਾਂ ਆਖਿਆ ਜਿਸ ਗੱਲ ਨੂੰ ਤੁਸੀਂ ਛੋਟੀ ਜੀ ਸਮਝ ਕੇ ਆਨੰਦਪੁਰ ਸਾਹਿਬ ਦੀ ਆਵਾਜ਼ ਬੰਦ ਨਹੀਂ ਨਾ ਕਰਦੇ ਯਾਦ ਰੱਖਿਓ ਅਸੀਂ ਪਹਾੜੀ ਰਾਜੇ ਤੁਹਾਡੀ ਇੱਕ ਇੱਕ ਗੱਲ ਨੂੰ ਮੰਨਦੇ ਆ ਤੁਹਾਨੂੰ ਟੈਕਸ ਭਰਦੇ ਆ ਤੁਹਾਡੀ ਇਹਨ ਕਬੂਲ ਕਰਦੇ ਸਭ ਕੁਝ ਕਰਦੇ ਲੋੜ ਪੈਣ ਤੇ ਹਰ ਤਰ੍ਹਾਂ ਦੀ ਮਦਦ ਕਰਦੇ ਹਰ ਹੁਕਮ ਦੇ ਉੱਤੇ ਅਸੀਂ ਫੁੱਲ ਚੜਾਉਂਦੇ ਆ ਤੇ ਸਾਡੀ ਤੁਸੀਂ ਮਦਦ ਕਰੋ ਇਹ ਅਨੰਦਪੁਰ ਸਾਹਿਬ ਦੀ ਸੋਚ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੀ ਸੋਚ ਉਹ ਕੇਵਲ ਪਹਾੜੀ ਰਾਜਿਆਂ ਲਈ ਖਤਰਾ ਨਹੀਂ ਹੈ ਤੁਸੀਂ ਅਨੰਦਪੁਰ ਸਾਹਿਬ ਦੇ ਖਲਾਤ ਨੂੰ ਤਾਂ ਦੇਖੋ ਤੁਸੀਂ ਡਰਾਉਣਾ ਚਾਹੁੰਦੇ ਇੱਥੇ ਨਗਾਰੇ ਵੱਜਦੇ ਨੇ ਤੁਸੀਂ ਆਵਾਜ਼ ਬੰਦ ਕਰਨੀ ਚਾਹੁੰਦੇ ਇੱਥੇ ਜਗਾ ਰਹੇ ਨੇ ਅਸੀਂ ਇਹਨਾਂ ਦੇ ਰਿਸ਼ਤੇ ਤੋੜਨੇ ਚਾਹੁੰਦੇ ਆ ਪਰ ਇੱਥੇ ਰਿਸ਼ਤੇ ਐਡੇ ਪੱਕੇ ਹੋ ਰਹੇ ਨੇ ਕਿੱਡੀ ਅਜੀਬ ਗੱਲ ਹੈ ਗੁਰੂ ਕਰਪਾਣ ਦੀ ਨੋਕ ਉੱਤੇ ਸੀਸ ਮੰਗੇ ਤੇ ਉੱਥੇ ਸੰਗਤ ਵਿੱਚੋਂ ਉੱਠ ਕੇ ਗੁਰੂ ਨੂੰ ਸੀਸ ਭੇਟਾ ਕਰਨ ਚਲੇ ਜਾਂਦੇ ਸਿਕ ਇਹੋ ਜਿਹੇ ਹਾਲਾਤ ਕਿੱਥੇ ਪੈਦਾ ਹੁੰਦੇ ਨੇ ਕੀ ਤੁਹਾਨੂੰ ਇਹਦੇ 'ਚ ਨਹੀਂ ਲੱਗਦਾ ਵੀ ਜਦੋਂ ਗੁਰੂ ਜੀ ਅੱਜ ਸੀਸ ਮੰਗਦਾ ਤੇ ਸਿੱਖ ਸੀਸ ਪੇਟਾ ਕਰ ਰਹੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਜਦੋਂ ਵੀ ਗੁਰੂ ਦਾ ਹੁਕਮ ਹੋਏਗਾ ਇਹ ਲੋਕ ਡਰਨਗੇ ਕਿਸੇ ਤੋਂ ਇਹ ਤਾਂ ਆਪਣੇ ਮੁਰਸ਼ਿਦ ਦੇ ਬੋਲਾਂ ਵਿੱਚੋਂ ਆਪਣੀ ਜ਼ਿੰਦਗੀ ਲੱਭਦੇ ਨੇ ਭੈ ਕਾ ਹੁਕਮ ਦੇਤਨ ਨਾ ਪਹਿਮਾਨ ਤ ਆਣ ਕਹਨਾਂ ਸੁਣ ਲੈ ਮਨਾਂ ਗਿਆਨੀ ਤਾਹੇ ਬਖਾਨ ਇਹਨਾਂ ਦੇ ਖਲਾਤ ਕੀ ਨੇ ਔਰ ਜਿਹੜੀ ਤੁਹਾਡੇ ਲਈ ਖਾਸ ਕਰ ਨੋਟ ਕਰਨ ਵਾਲੀ ਹੈ ਹਾਕਮਾਂ ਨੂੰ ਕਹਿਣ ਲੱਗੇ ਤੁਸੀਂ ਜਿਹੜੇ ਜਿਹੜੇ ਜਰਨਲ ਭੇਜਦੇ ਹੋ ਸ਼ੈਦ ਖਾਂ ਵਰਗੇ ਜਰਨਲ ਰਮਜ਼ਾਨ ਖਾਂ ਵਰਗੇ ਜਰਨਲ ਸ਼ੈਦਾ ਬੇਗ ਵਰਗੇ ਜਰਨਲ ਕਿੰਨੇ ਤੁਸੀਂ ਭੇਜੇ ਤੇ ਤੁਹਾਨੂੰ ਹਜੇ ਤੱਕ ਵੀ ਸਮਝ ਨਹੀਂ ਲੱਗਦੀ ਉਹ ਜਰਨਲ ਜਿਹੜੇ ਜੰਗ ਜਿੱਤ ਜਿੱਤ ਕੇ ਤੁਹਾਡੇ ਇਤਿਹਾਸ ਨੂੰ ਸਿਰਜ ਰਹੇ ਸਨ ਉਹ ਆਨੰਦਪੁਰ ਸਾਹਿਬ ਜੰਗ ਲੜਨ ਆਏ ਆਪਣਾ ਸੀਸ ਗੁਰੂ ਦੇ ਦਰ ਤੇ ਪੇਟਾ ਕਰ ਬੈਠੇ ਉਹਨਾਂ ਨੇ ਤਲਵਾਰਾਂ ਚਲਉਣੀਆਂ ਛੱਡ ਦਿੱਤੀਆਂ ਗੁਰੂ ਦੇ ਦਰਸ਼ਨ ਕਰਕੇ ਉਹ ਫਕੀਰ ਬਣ ਗਏ ਤੇ ਅੱਜ ਉਹ ਲੋਕ ਜਿਹੜੇ ਅੱਜ ਗੁਰੂ ਗੋਬਿੰਦ ਸਿੰਘ ਤੋਂ ਏਡੇ ਪ੍ਰਭਾਵਿਤ ਨੇ ਤੁਹਾਨੂੰ ਲੱਗਦਾ ਨਹੀਂ ਹੈ ਵੀ ਇਹ ਗੁਰੂ ਤੇ ਉਹ ਹੈ ਜਿਹੜਾ ਕਿਰਪਾਲ ਦਾਸ ਉਦਾਸੀ ਵਰਗੇ ਨੂੰ ਜੰਗ ਚੱਲਣਾ ਸਕਦਾ ਹੈ lal chand halwai ਵਰਗੇ ਨੂੰ جنگ ਚ ਲੜ ਸਕਦਾ ਤੇ ਕੱਲ ਇਹ ਸ਼ੈਦਖਾਂ ਵਰਗੇ ਜਰਨੈਲ ਜਦੋਂ ਇਹਨਾਂ ਨੂੰ ਲੋੜ ਪਈ ਉਹਨਾਂ ਦੇ ਸ਼ਿੱਤੇ ਮਿਹਰ ਪ੍ਰਯਾਤ ਰੱਖਿਆ ਤੇ ਉਹ ਕਿੰਨੀ ਤਬਾਹੀ ਤੁਹਾਡੀ ਮਚਾਉਣਗੇ ਅਸੀਂ ਮਸਟ ਹਾਥੀ ਲੈ ਕੇ ਜਾਈਏ ਅਸੀਂ ਫੌਜਾਂ ਲੈ ਕੇ ਜਾਈਏ ਅਸੀਂ ਕੋਈ ਉਪਰਾਲਾ ਕਰੀਏ ਸਾਡੀ ਹਰੇਕ ਗੱਲ ਹਾਰ ਵਿੱਚ ਬਦਲ ਜਾਂਦੀ ਹੈ ਇਹ ਹੁਣ ਦਿੱਲੀ ਤਰਫਾਰ ਦੇ ਤਖਤ ਤੱਕ ਹੱਥ ਪਾਉਣ ਦੀਆਂ ਗੱਲਾਂ ਨੇ ਜੇ ਤੁਸੀਂ ਅੱਜ ਨਾ ਸੰਭਲੇ ਤੇ ਆਉਣ ਵਾਲਾ ਸਮਾਂ ਜਿਹੜਾ ਹੈ ਉਹ ਅਨੰਦਪੁਰ ਸਾਹਿਬ ਦੀ ਸੋਚ ਤੁਹਾਡੇ ਤਖਤਾਂ ਤੇ ਕਾਬਜ਼ ਹੋ ਜਾਏਗੀ। ਇਹ ਕਲਗੀਆਂ ਇੱਥੇ ਅਨੰਦਪੁਰ ਸਾਹਿਬ ਨਹੀਂ ਇਹ ਦਿੱਲੀ ਦੇ ਦਰਬਾਰਾਂ ਤੱਕ ਕਲਗੀਆਂ ਦੀ ਸੋਚ ਪਾਈਗੀ। ਇਹ ਬਾਜ਼ ਕੇਵਲ ਅਨੰਦਪੁਰ ਸਾਹਿਬ ਤੇ ਨਹੀਂ ਉਡਣਗੇ। ਇਹ ਬਾਜ਼ ਉਹ ਥਾਮਾ ਤੇ ਵੀ ਜਾ ਕੇ ਉਡਣਗੇ ਜਿੱਥੇ ਤੁਸੀਂ ਤਖਤ ਲਾ ਕੇ ਬੈਠਦੇ ਹੋ ਚੰਗੀ ਤਰ੍ਹਾਂ ਹਾਕਮਾਂ ਨੂੰ ਕਈ ਤਰ੍ਹਾਂ ਦੇ ਮਿਰਚ ਮਸਾਲੇ ਲਾ ਕੇ ਆਨੰਦਪੁਰ ਸਾਹਿਬ ਦੇ ਵਿਰੁੱਧ ਜਿੰਨੀ ਅੱਗ ਲਾ ਸਕਦੇ ਸਨ ਉਤਨੀ ਅੱਗ ਲਾ ਦਿੱਤੀ ਔਰੰਗਜੀਬ ਨੂੰ ਵੀ ਇਸ ਲੰਮੀ ਕਹਾਣੀ ਵਿੱਚੋਂ ਤਕਤਾਂ ਲਈ ਉਠ ਰਹੀ ਬਗਾਵਤ ਨਜ਼ਰ ਆਈ ਆਮ ਲੋਕਾਂ ਦੀ ਸੋਚ ਵਿੱਚ ਇੱਕ ਤਬਦੀਲੀ ਨਜ਼ਰ ਆਈ ਉਹਨੇ ਵੀ ਸੋਚਿਆ ਮੈਨੂੰ ਇਹ ਸ਼ਕਤੀ ਨਾਲ ਨਿਭਣਾ ਚਾਹੀਦਾ ਹੈ ਹੁਣ ਔਰੰਗਜ਼ੇਬ ਨੇ ਐਲਾਨ ਕੀਤੇ ਕੁਝ ਛਿੜਕਾਂ ਦਿੱਤੀਆਂ ਕੁਝ ਲਾਨਤਾ ਪਾਈਆਂ ਕੁਝ ਬਹਾਦਰੀ ਦੀਆਂ ਗੱਲਾਂ ਕੀਤੀਆਂ ਉਹਨੇ ਜਬਰਦਸਤੀ ਇਹ ਗੱਲ ਕੀਤੀ ਹੁਕਮ ਦਿੱਤੇ ਲਾਹੌਰ ਦਰਬਾਰ ਨੂੰ ਹੁਕਮ ਦਿੱਤੇ ਸ਼ਰਹੰਦ ਦੀਆਂ ਫੌਜਾਂ ਨੂੰ ਹੁਕਮ ਦਿੱਤੇ ਦਿੱਲੀ ਦਰਬਾਰ ਨੂੰ ਜਿਹਦੇ ਲਈ ਬਹੁਤ ਵੱਡਾ ਉਹਨਾਂ ਨੂੰ ਖਤਰਾ ਪਾਸਦਾ ਸੀ ਹਾਲਾਂਕਿ ਗੁਰੂ ਘਰ ਦੀ ਇਹ ਵਿਚਾਰਧਾਰਾ ਨਹੀਂ ਸੀ ਵੀ ਇਵੇਂ ਹਾਕਮੀ ਤਖਤਾਂ ਤੇ ਕਾਬਜ ਹੋਣਾ ਹੈ ਉਹਨਾਂ ਦਾ ਤਾਂ ਇਹੋ ਜਿਹਾ ਬੇਗਮਪੁਰਾ ਸ਼ਹਿਰ ਕੋ ਨਾ ਦੁੱਖ ਅੰਧੋ ਨਹੀਂ ਠਿਠਾਉ ਸਮੁੱਚੀ ਮਾਨਵਤਾ ਨੂੰ ਹਦੇਮੀ ਦਾ ਰਾਜ ਦੇਣਾ ਜੇ ਰਾਜ ਤਖਤਾਂ ਤੇ ਵੀ ਬੈਠਣਾ ਹੈ ਤੇ ਮਾਲਕ ਦੀ ਉਸ ਪਰਮੇਸ਼ਰ ਦੀ ਵਿਚਾਰਧਾਰਾ ਦੇ ਅਨੁਸਾਰ ਇਵੇਂ ਹਾਕਮ ਇਵੇਂ ਤੁਹਾਡੇ ਵਰਗੇ ਕਹਿਰ ਕਰਨ ਗੁਰਮਤਿ ਦੀ ਵਿਚਾਰਧਾਰਾ ਨਹੀਂ ਹੈ ਤੋਂ ਮੈਂ ਬੇਨਤੀ ਕਰਾਂ ਹੁਣ ਉਹਨਾਂ ਨੇ ਸਾਰਿਆਂ ਨੇ ਫੌਜਾਂ ਦਾ ਇੱਕ ਇਕੱਠ ਕੀਤਾ ਇੱਕਠ ਵਿੱਚ ਇਹ ਵੀ ਫੈਸਲਾ ਹੋਇਆ ਵੀ ਆਪਾਂ ਸਿੱਧਾ ਜਾ ਕੇ ਹਮਲਾ ਨਹੀਂ ਕਰਨਾ ਉਹਨਾਂ ਦਾ ਇੱਕ ਇੱਕ ਸਿੱਖ ਲੱਖਾਂ ਲੱਖਾਂ ਤੇ ਭਾਰੂ ਹੈ ਉਹ ਨਹੀਂ ਕਦੇ ਹੌਸਲਾ ਹਾਰਦੇ ਇੱਕ ਕੰਮ ਕਰੀਏ ਸਭ ਤੋਂ ਪਹਿਲਾਂ ਉਹਨਾਂ ਨੂੰ ਜਿਸ ਬਹਾਦਰੀ ਦਾ ਇਡਾ ਮਾਣ ਹੈ ਸਰੀਰਕ ਤੌਰ ਤੇ ਕਮਜ਼ੋਰ ਕਰੀਏ ਉਹਨਾਂ ਦੇ ਨਾਲ ਬਾਹਰੋਂ ਭੇਜਣੀ ਮਦਦ ਬੰਦ ਕਰੀਏ ਹਥਿਆਰਾਂ ਦੀ ਗੱਲ ਬੰਦ ਹੋਵੇ ਬਾਹਰੋਂ ਸਿੱਖ ਸੰਗਤਾਂ ਦਾ ਆਉਣਾ ਜਾਣਾ ਬੰਦ ਹੋਵੇ ਕੀਮਤੀ ਪੇਟਾਵਾ ਬੰਦ ਹੋਣ ਜਿਹੜੇ ਸਿੱਖ ਕੋੜੇ ਪੇਟਾ ਕਰਦੇ ਨੇ ਉਹ ਤੁਰਾਜੇ ਬੰਦ ਕਰੀਏ ਜਿਹੜੇ ਚੰਗੇ ਹਥਿਆਰ ਪੇਟਾ ਕਰਦੇ ਨੇ ਉਹ ਦਰਵਾਜ਼ੇ ਬੰਦ ਕਰੀਏ ਜਿਹੜੇ ਚੰਗੀਆਂ ਜਵਾਨੀਆਂ ਪੇਟ ਕਰਦੇ ਨੇ ਉਹ ਦਰਵਾਜ਼ੇ ਬੰਦ ਕਰੀਏ ਅਨੰਦਪੁਰ ਸਾਹਿਬ ਨੂੰ ਜਾਣ ਵਾਲੇ ਰਸਤੇ ਬੰਦ ਕਰੀਏ ਤਾਂ ਕਿ ਉਹਨਾਂ ਨੂੰ ਅੰਦਰ ਵੀ ਕੁਛ ਨਾ ਮਿਲੇ ਤੇ ਬਾਹਰੋਂ ਵੀ ਕੋਈ ਮਦਦ ਨਾ ਪਹੁੰਚੇ ਫੱਲੇ ਚੌਧਰੀ ਤੋਂ ਲੈ ਕੇ ਉੱਪਰ ਤੱਕ ਦੇ ਹਾਕਮਾਂ ਲਈ ਸਭ ਲਈ ਐਲਾਨ ਕੀਤੇ ਗਏ ਮੈਂ ਕਿਹਾ ਜਾ ਕੇ ਫਿਰ ਜ਼ਿਕਰ ਕਰਨਾ ਸਾਰਿਆਂ ਲਈ ਇੱਕ ਸਖਤ ਐਲਾਨ ਕੀਤੇ ਗਏ ਕਿ ਜਿਹੜਾ ਵੀ ਗੁਰੂ ਘਰ ਦੀ ਮਦਦ ਕਰਦਾ ਨਜ਼ਰ ਆ ਗਿਆ ਨਾ ਉਹਨੂੰ ਬਹੁਤ ਬੁਰੀ ਮੌਤ ਦੇ ਕੇ ਤੇ ਉਹਦੀ ਜ਼ਮੀਨ ਜਾਇਦਾਦ ਜ਼ਬਤ ਕਰਕੇ ਉਹਨੂੰ ਦੋਸ਼ੀਆਂ ਦੀ ਕਤਾਰ ਵਿੱਚ ਖੜਾਇਆ ਜਾਏਗਾ ਐਡੀ ਵੱਡੀ ਦਹਿਸ਼ਤ ਪੈਦਾ ਕੀਤੀ ਨਗਰ-ਨਗਰ ਪਿੰਡ-ਪਿੰਡ ਦੇ ਵਿੱਚ ਤਾਂ ਕਿ ਅਨੰਦਪੁਰ ਸਾਹਿਬ ਨੂੰ ਜਾਣ ਵਾਲਾ ਹਰੇਕ ਰਸਤਾ ਬੰਦ ਕਰ ਦਿੱਤਾ ਜਾਏ ਬਹੁਤ ساری ਫੌਜ ਅਨੰਦਪੁਰ ਸਾਹਿਬ ਵਾਲੇ ਪਾਸੇ ਨੂੰ ਤੁਰੀ ਹੈ ਉਸ ਸਮੁੱੱਚੀ ਫੌਜ ਦਾ ਮੈਂ ਥੋੜਾ ਜਿਹਾ ਜ਼ਿਕਰ ਕਰਨਾ ਚਾਹੁੰਦਾ ਤਾਂ ਕਿ ਆਪਣੇ ਦਿਮਾਗ ਵਿੱਚ ਇੱਕ ਗੱਲ ਪੈਦਾ ਹੋਵੇ ਭਈ ਇਸ ਧਰਤੀ ਦੇ ਉੱਤੇ ਕੀ ਹੋਣ ਲੱਗਾ ਹੈ ਸਪਸ਼ਟ ਪਤਾ ਲੱਗ ਜਾਏ ਕਿੰਨੇ ਵਟੇ ਹਾਕਮਾਂ ਦੀਆਂ ਧਾੜਾਂ ਅਨੰਦਪੁਰ ਸਾਹਿਬ ਨੂੰ ਤੁਰੀਆਂ ਉਹਦੇ ਵਿੱਚੋਂ ਮੈਂ ਜ਼ਿਕਰ ਕਰਨਾ ਚਾਹਣਾ ਹੈ ਧਿਆਨ ਨਾਲ ਸੁਣਿਓ ਬिलासपुर ਦੀਆਂ ਫੌਜਾਂ ਇਹ ਰਾਜੇ ਨੇ ਕਾਂਗੜੇ ਦੀਆਂ ਫੌਜਾਂ ਜਸਵਾਲ ਦੀਆਂ ਫੌਜਾਂ ਕੁੱਲੂ ਕੈਥਲ ਮੰਡੀ ਜੰਮੂ ਨੂਰਪੁਰ ਚੰਬਾ ਗੁਲੇਰ ਸ਼ਿਰինਗਰ ਜਿਨੂੰ ਦੂਜੇ ਸ਼ਬਦਾਂ ਚ ਘਡਵਾਲ ਵੀ ਕਹਿੰਦੇ ਆ ਬੇਜਰਵਾਲ ਡਡਵਾਲ ਅਤੇ ਇਹ ਸਾਰਾ ਕੁਝ ਹੋਣ ਦੇ ਬਾਵਜੂਦ ਲਾਹੌਰ ਤੋਂ ਜਬਰਦਸਤ ਖਾਂ ਬੜੀ ਵੱਡੀ ਫੌਜ ਲੈ ਕੇ ਸ਼ਾਮਲ ਹੋਇਆ ਵਜ਼ੀਰ ਖਾਂ ਦੇ ਵੱਲੋਂ ਸਰਹੰਦ ਦੇ ਵੱਲੋਂ ਵੀ ਇੱਕ ਬਹੁਤ ਵੱਡੀ ਫੌਜ ਲੈ ਕੇ حاضر ਹੋਏ ਨੇ ਵਜ਼ੀਰ ਖਾਂ ਤੇ ਯਾਦ ਰੱਖਿਓ ਜੇ ਇਹ ਦਿੱਲੀ ਤੋਂ ਲਾਹੌਰ ਤੋਂ ਅਤੇ ਸਮੁੱਚੇ ਪਹਾੜੀ ਰਾਜਿਆਂ ਵੱਲੋਂ ਇੱਕ ਇਕੱਠ ਕਰਕੇ ਫੌਜ ਦਾ ਅਨੰਦਪੁਰ ਸਹਿਬ ਨੂੰ ਆਏ ਨੇ ਇਥੇ ਬਸ ਨਹੀਂ ਜਿਹੜੇ ਰੰਗੜਾ ਜਿਹੜੇ ਗੁੱਜਰ ਜਿਨ੍ਹਾਂ ਦਾ ਪੇਸ਼ਾ ਹੁੰਦਾ ਸੀ ਲੋਕਾਂ ਦੀ ਲੁੱਟ ਮਾਰ ਕਰਕੇ ਤੇ ਘਰਾਂ ਦੇ ਗੁਜ਼ਾਰੇ ਚ ਲਾਉਣੇ ਉਹਨਾਂ ਸਾਰੇ ਇਲਾਕਿਆਂ ਦੇ ਗੁੱਜਰਾਂ ਤੇ ਰੰਗੜਾਂ ਨੂੰ ਵੀ ਵਿੱਚ ਸ਼ਾਮਲ ਕੀਤਾ ਤੁਸੀਂ ਸਾਡੇ ਵੱਲੋਂ ਲੜੋ ਜਿਹੜਾ ਵੀ ਲੁੱਟਦਾ ਸਮਾਨ ਹੋਇਆ ਕਰੇਗਾ ਉਹ ਤੁਹਾਨੂੰ ਮਿਲਿਆ ਕਰੇਗਾ ਇਹ ਫੌਜਾਂ ਨੂੰ ਤਨਖਾਹ ਮਿਲੇਗੀ ਤੁਹਾਨੂੰ ਲੁੱਟ ਦਾ ਸਮਾਨ ਮਿਲੇਗਾ ਉਹਨਾਂ ਦੇ ਅੰਦਰ ਲੋਭ ਲਾਲਚ ਵੀ ਪੈਦਾ ਕਰਕੇ ਹਰ ਇੱਕ ਤਰੀਕੇ ਦੇ ਨਾਲ ਉਹਨਾਂ ਨੇ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ ਹੁਣ ਸਮੁੱਚੀਆਂ ਫੌਜਾਂ ਨੇ ਆ ਕੇ ਘੇਰਾ ਪਾ ਲਿਆ ਇਹ 1705 ਸਨ ਦੇ ਮਈ ਮਹੀਨੇ ਦੇ ਵਿੱਚ ਘੇਰਾ ਪਿਆ ਇੱਕ ਪਲ ਮੈਂ ਤੁਹਾਡਾ ਹੋਰ ਲਵਾਂ ਫਿਰ ਇੱਥੋਂ ਹੀ ਗੱਲ ਸ਼ੁਰੂ ਕਰਾਂਗੇ ਉਹਨਾਂ ਨੇ ਇਲਾਕੇ ਦੇ ਛੋਟੇ ਤੋਂ ਛੋਟੇ ਚੌਧਰੀ ਤੋਂ ਵੱਡੇ ਤੋਂ ਵੱਡੇ ਹਾਕਮ ਤੱਕ ਇਹ ਗੱਲ ਪਹੁੰਚਾਈ ਵੀ ਨੰਬਰ 1 ਅੰਦਰ ਦੀ ਕੋਈ ਖਬਰ ਬਾਹਰ ਲੋਕਾਂ ਤੱਕ ਨਹੀਂ ਜਾਣੀ ਚਾਹੀਦੀ ਤੇ ਦੂਜੀ ਗੱਲ ਬਾਹਰੋਂ ਕਿਸੇ ਵੀ ਕਿਸਮ ਦਾ ਰਾਸ਼ਨ ਪਾਣੀ ਕੋਈ ਵੀ ਪਿੰਡਾਂ ਵਿੱਚੋਂ ਉੱਠ ਕੇ ਆਨੰਦਪੁਰ ਸਾਹਿਬ ਵਾਲੇ ਪਾਸੇ ਨੂੰ ਤੁਰੇ ਤੇ ਇਹ ਤੁਹਾਡੀਆਂ ਜ਼ਮੀਨਾਂ ਜਾਇਦਾਦਾਂ ਤੇ ਪਦਵੀਆਂ ਦੀ ਖਤਰਾ ਹੋਵੇਗਾ ਇੱਕ ਇੱਕ ਪਿੰਡ ਤੱਕ ਪੰਜਾਬ ਦੀ ਧਰਤੀ ਦੇ ਇੱਕ ਇੱਕ ਪਿੰਡ ਤੱਕ پابੰਦੀ ਸੀ ਵੀ ਕੋਈ ਉੱਠ ਕੇ ਜਾ ਨਹੀਂ ਸਕਦਾ ਇਤਿਹਾਸ ਦੇ ਬਹੁਤ ਪੱਖ ਐਸੇ ਨੇ ਜਿਹੜੇ ਸਾਡੀਆਂ ਨਜ਼ਰਾਂ ਤੋਂ ਓਲੇ ਨੇ ਯਾਦ ਰੱਖਿਓ ਜੇ ਉਹ ਪੱਖ ਨੂੰ ਚੰਗੀ ਤਰ੍ਹਾਂ ਵਿਚਾਰਨ ਦੀ ਲੋੜ ਹੈ ਸਾਰਾ ਉਹਨਾਂ ਨੇ ਆਪਣੇ ਵੱਲੋਂ ਪ੍ਰਬੰਧ ਕਰ ਲਿਆ ਖੋਣ ਗੁਰੂ ਘਰ ਦੇ ਪੱਖ ਮੈਂ ਬਾਅਦ ਵਿੱਚ ਸਪਸ਼ਟ ਕਰਦਾ ਹੁਣ ਉਹਨਾਂ ਨੇ ਜਿਹੜੇ ਘੇਰੇ ਪਾਏ ਨੇ ਨਾ ਇਹਨੂੰ ਦਿਮਾਗ 'ਚ ਰੱਖੀਏ ਇਕੱਲੀ ਇਕੱਲੀ ਗੱਲ ਉਹ ਪਹਿਲੀ ਗੱਲ ਆਨੰਦਪੁਰ ਸਾਹਿਬ ਦੀ ਧਰਤੀ ਕੋਈ ਪੱਧਰੀ ਧਰਤੀ ਨਹੀਂ ਹੈ ਉਹ ਪਹਾੜੀ ਹੈ ਅੱਜ ਤਾਂ ਬਹੁਤ ਪਹਾੜੀਆਂ ਖੁਰ ਕੇ ਆਪਣੀ ਹੋਂਦ ਗਵਾ ਚੁੱਕੀਆਂ ਨੇ ਜਿਵੇਂ ਹਮੈਤੀ ਨਾਲਾ ਉਹ ਅੱਜ ਸਾਨੂੰ ਦੇਖਣ ਨੂੰ ਨਹੀਂ ਮਿਲਦਾ ਪਰ ਕਿਸੇ ਵੇਲੇ ਇਸ ਨਾਲੇ ਦੇ ਉੱਤੋਂ ਸੂ ਮਿਲੀ ਸੀ ਤੇ ਇੱਥੇ ਹਾਕਮਾਂ ਨੂੰ ਭਾਜਣਾ ਪਈਆਂ ਸੀ ਬਹੁਤ ਕੁਝ ਐਸਾ ਬਦਲ ਗਿਆ ਹਾਲਾਤਾਂ ਦੇ ਮੁਤਾਬਕ ਉਸ ਵੇਲੇ ਅਨੰਦਪੁਰ ਸਾਹਿਬ ਇਹ ਨੀਮ ਪਹਾੜੀ ਇਲਾਕਾ ਹੈ ਗੁਰੂ ਸਾਹਿਬ ਨੇ ਕਿੰਦੀ ਵੱਡੀ ਕਿਰਪਾ ਕੀਤੀ ਹੋਈ ਹੈ ਪਤਾ ਸੀ ਸਤਕੁਰ ਜੀ ਦੀ ਦੂਰ ਅੰਦੇਸ਼ੀ ਸੀ ਹਜ਼ੂਰ ਨੇ ਆਉਣ ਵਾਲੇ ਰਾਹਾਂ ਦੇ ਉੱਤੇ ਇਹ ਕਿਲੇ ਬਣੇ ਹੋਏ ਨੇ ਜਿਨ੍ਹਾਂ ਦਾ ਵਿਸਥਾਰ ਆਪਾਂ ਪਹਿਲਾਂ ਵਿਚਾਰ ਚੁੱਕੇ ਹੋਏ ਹਣ ਗੁਰੂ ਕੀਆਂ ਫੌਜਾਂ ਨੇ ਨਾ ਜਿਹੜੀਆਂ ਉਹ ਸ਼ਤਕੁੜ ਜੀ ਨੇ ਕਿਸੇ ਜਗ੍ਹਾ ਤੇ ਭਾਈ ਉਦੇ ਸਿੰਘ ਨੂੰ ਕੁਝ ਸਿੰਘ ਦੇ ਕੇ ਉਸ ਕਿਲੇ ਦੀ ਰਾਖੀ ਤੇ ਉਸ ਇਲਾਕੇ ਦੀ ਰਾਖੀ ਹੈ ਉਧਰੋਂ ਕੋਈ ਹਮਲਾ ਹੁੰਦਾ ਤੇ ਉਹਨਾਂ ਨੇ ਖਿਆਲ ਕਰਨਾ ਤੇ ਬਾਕੀਆਂ ਨੂੰ ਸੁਚੇਤ ਕਰਨਾ ਕਿਸੇ ਜਗ੍ਹਾ ਤੇ ਭਾਈ ਬਜਤਰ ਸਿੰਘ ਦੀ ਹੈ ਕਿਸੇ ਜਗ੍ਹਾ ਤੇ ਕਿਸੇ ਹੋਰ ਗੁਰੂ ਕੇ ਸਿੱਖ ਦੀ ਹੈ ਕਿਸੇ ਜਗ੍ਹਾ ਤੇ ਕਿਸੇ ਹੋਰ ਗੁਰੂ ਕੇ ਸਿੱਖ ਦੀ ਹੈ ਇਵੇਂ ਪੰਜੇ ਕਿਲਿਆਂ ਦੇ ਵਿੱਚ ਗੁਰੂ ਘਰ ਦੀਆਂ ਫੌਜਾਂ ਗੁਰੂ ਘਰ ਦੇ ਸਿੰਘ ਸੇਵਕ ਜਿਹੜੇ ਨੇ ਪਿਆਰੇ ਉਹ ਕੁਝ ਕੁ ਹਥਿਆਰ ਤੀਰਾਂ ਤੇ ਸਾਰੀਆਂ ਚੀਜ਼ਾਂ ਦੇ ਨਾਲ ਕੁਝ ਕੁ ਘੋੜਿਆਂ ਦੇ ਨਾਲ ਉਹਨਾਂ ਇਕਲਿਆਂ ਦੇ ਨਾਲ ਸੋਚੇ ਅਨੰਦਪੁਰ ਸਾਹਿਬ ਨੂੰ ਉਹ ਬਚਾ ਰਹੇ ਨੇ ਅਨੰਦਪੁਰ ਸਾਹਿਬ ਦੇ ਅੰਦਰ ਜਿਹੜਾ ਪ੍ਰਮੁੱਖ ਕਿਲਾ ਉਹ ਅਨੰਦ ਕੜਾ ਉਹਦੇ ਉੱਤੇ ਬਹੁਤੀ ਜ਼ਿਆਦਾ ਉਹਨਾਂ ਦੀ ਅੱਖ ਹੈ ਕਿਉਂਕਿ ਗੁਰੂ ਜੀ ਐਸ ਵੇਲੇ ਅਨੰਦ ਕੜ ਦੇ ਵਿੱਚ ਨੇ ਬਾਕੀ ਕਿਲਿਆਂ 'ਚ ਗੁਰੂ ਕੀ ਫੌਜਾਂ ਨੇ ਪਰ ਉਹਨਾਂ ਦੀ ਬਹੁਤੀ ਅੱਖ ਅਨੰਦ ਕੜ ਦੇ ਉੱਤੇ ਹੈ ਯਾਦ ਰੱਖਿਓ ਜੇ ਇਹਨਾਂ ਕਿਲਿਆਂ ਦੇ ਜਿਹੜਾ ਅੰਦਰਲਾ ਹਿੱਸਾ ਹੈ ਅੰਦਰਲੇ ਹਿੱਸੇ ਵਿੱਚ ਉੱਥੇ ਉਹ ਸਿੱਖ ਘੁੰਮ ਫਿਰ ਸਕਦੇ ਨੇ ਸਿੰਘ ਕੋਲ ਘੁੰਮਦੇ ਫਿਰਦੇ ਨੇ ਇੱਕ ਦੂਜੇ ਦੇ ਕਿਲਿਆਂ ਤੱਕ ਕੋਈ ਰਾਸ਼ਨ ਪਹੁੰਚਾਉਣਾ ਕੋਈ ਖਬਰ ਪਹੁੰਚਾਉਣੀ ਕੋਈ ਹਥਿਆਰ ਪਹੁੰਚਾਉਣੇ ਕੋਈ ਇੱਕ ਦੂਜੇ ਦੀ ਮਦਦ ਦੀ ਗੱਲ ਕਰਨੀ ਅੰਦਰੂਨੀ ਹਾਲਾਤਾਂ ਦੇ ਵਿੱਚ ਉਹ ਸਾਰੇ ਇਵੇਂ ਵਿਚਰ ਰਹੇ ਨੇ ਇਵੇਂ ਉਹਨਾਂ ਦੇ ਹਾਲਾਤ ਨੇ ਤੇ ਇਹ ਬਾਹਰੀ ਤੇ ਅੰਦਰੂਨੀ ਹਾਲਾਤ ਨੇ ਇੱਕ ਪੰਨ ਮੈਂ ਤੁਹਾਡਾ ਹੋਰ ਲੈਣਾ ਸੀ ਉਹਨੂੰ ਵੀ ਵਿਚਾਰਨ ਦੀ ਕੋਸ਼ਿਸ਼ ਕਰੀਏ ਮੈਂ ਬਾਰ-ਬਾਰ ਬੇਨਤੀ ਕਰਦਾ ਵੀ ਆਨੰਦਪੁਰ ਸਾਹਿਬ ਇੱਕ ਬਹੁਤ ਗਹਿਰੀ ਸੋਚ ਦਾ ਨਾ ਹੈ ਇੱਥੇ ਹਰ ਇੱਕ ਤਰ੍ਹਾਂ ਦਾ ਪ੍ਰਬੰਧ ਸੀ ਜਦੋਂ ਇਹ ਹਾਕਮਾਂ ਦੀਆਂ ਫੌਜਾਂ ਇਕੱਠੀਆਂ ਹੋ ਕੇ ਸਾਰੇ ਇੱਕ ਮੁਠ ਹੋ ਰਹੇ ਸਨ ਗੁਰੂ ਘਰ ਦੀਆਂ ਸੂਈਆਂ ਨੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਵੀ ਉਹ ਖਬਰਾਂ ਪਹੁੰਚਾਈਆਂ ਸਨ ਸਰਕਾਰੀ ਦਰਬਾਰੀ ਹੋ ਰਹੀਆਂ ਤਿਆਰੀਆਂ ਵਿੱਚ ਤੇ ਉਹ ਸਾਰਾ ਕੁਝ ਪ੍ਰਬੰਧ ਕੀਤਾ ਗਿਆ ਸੀ ਗੁਰੂ ਘਰ ਦੇ ਵਿੱਚੋਂ ਖਬਰ ਆਈਆਂ ਸਤਿਗੁਰੂ ਨੇ ਸਭ ਤੋਂ ਪਹਿਲਾ ਕੰਮ ਕੀ ਕੀਤਾ ਜਿਹੜੀਆਂ ਸੰਗਤਾਂ ਆਮ ਜ਼ਿੰਦਗੀ ਵਾਂਗੂ ਗੁਰੂ ਦੇ ਦਰਸ਼ਨ ਕਰਨ ਆਈਆਂ ਸਨ ਉਹਨਾਂ ਚੋਂ ਬਜ਼ੁਰਗ ਵੀ ਹੁੰਦੇ ਸਨ ਉਹਨਾਂ ਦੇ ਵਿੱਚੋਂ ਬੱਚੇ ਵੀ ਹੁੰਦੇ ਸਨ ਬੀਬੀਆਂ ਵੀ ਹੁੰਦੀਆਂ ਸਨ ਜਿਹੜੇ ਅਨੰਦਪੁਰ ਸਾਹਿਬ ਦੇ ਵਾਸੀ ਨੇ ਉਹਨਾਂ ਵਿੱਚੋਂ ਬਹੁਤੇ ਜੋਧੇ ਹੀ ਨੇ ਉਹਨਾਂ ਵਿੱਚੋਂ ਬਹੁਤੇ ਵਿਦਵਾਨ ਨੇ ਉਹ ਹਰ ਇੱਕ ਤਰ੍ਹਾਂ ਦੇ ਹਾਲਾਤਾਂ ਨਾਲ ਜੂਝਣ ਵਾਸਤੇ ਤਿਆਰ ਨੇ ਪਰ ਜਿਹੜੀਆਂ ਆਮ ਸੰਗਤਾਂ ਹੁੰਦੀਆਂ ਸੀ ਉਹ ਕਈ ਵਾਰੀ ਹੋਰਾਂ ਧਰਮਾਂ ਦੇ ਲੋਕ ਵੀ ਆਉਂਦੇ ਸੀ ਸਤਗੁਰੂ ਨੇ ਸਭ ਤੋਂ ਪਹਿਲਾਂ ਐਲਾਨ ਇਹ ਕੀਤਾ ਕਿ ਜਿਹੜੇ ਇਵੇਂ ਦੇ ਆਏ ਹੋਏ ਲੋਕ ਨੇ ਜਿਹੜੇ ਕਿਸੇ ਤਰ੍ਹਾਂ ਬਹੁਤ ਬਜ਼ੁਰਗ ਨੇ ਉਸ ਵੇਲੇ ਜੰਗ ਦੇ ਮੈਦਾਨ ਵਿੱਚ ਉਹਨਾਂ ਲਈ ਵੱਡੀ ਮੁਸ਼ਕਲ ਨਾ ਬਣੇ ਕਿਤੇ ਸੰਭਰਨਾ ਔਖਾ ਨਾ ਹੋ ਜਾਏ ਸਤਗੁਰੂ ਜੀ ਨੇ ਇਹਦੇ ਹੀ ਪਰਿਵਾਰ ਅਜਈਆਂ ਸੰਗਤਾਂ ਉਨਾ ਨੂੰ ਪਹਿਲੇ ਹੀ ਵਧਾਈਆਂ ਦੇ ਦਿੱਤੀਆਂ ਵੀ ਤੁਸੀਂ ਹੁਣ ਇੱਥੋਂ ਨਿਕਲ ਜਾਓ ਅੱਗੇ ਘੇਰਾ ਪਵੇਗਾ ਤੇ ਪਤਾ ਨਹੀਂ ਕਿਸ ਤਰ੍ਹਾਂ ਦੇ ਖਲਾਤ ਬਣਨਗੇ ਇਹ ਗੱਲ ਖਿਆਲ ਵਿੱਚ ਰੱਖਣਯੋਗ ਬਾਤ ਹੈ ਅੰਦਰੋਂ ਸਤਗੁਰੂ ਜੀ ਨੇ ਲੋਹਗੜ ਕਿਲੇ ਵਿੱਚ ਜਾ ਕੇ ਇੱਕ ਨਰੀਖਣ ਕੀਤਾ ਪਰਖ ਪੜਚੋਲ ਕੀਤੀ ਵੀ ਇੱਥੇ ਸਾਡੇ ਕੋਲ ਕਿੰਨੇ ਘਰ ਤਿਆਰ ਨੇ ਬਾਹਰੋਂ ਤਾਂ ਉਹ ਨਹੀਂ ਬੰਦ ਹੋ ਜਾਣੇ ਨੇ ਘੋੜਿਆਂ ਦੀ ਸੇਵਾ ਸੰਭਾਲ ਲਈ ਉਹ ਅੰਦਰ ਪਹਾੜੀਆਂ ਦੇ ਉੱਤੇ ਵਿਚਕਾਰਲੀ ਜਗ੍ਹਾ ਦੇ ਉੱਤੇ ਉਹ ਚੁਗਣਾ ਛੱਡ ਦਿੰਦੇ ਨੇ ਉੱਥੇ ਉਹ ਘੋੜੇ ਚੁਗਦੇ ਨੇ ਕਿਉਂਕਿ ਇਹਨਾਂ ਪ੍ਰਬੰਧ ਨਹੀਂ ਹੈ ਇਸ ਕੱਲ ਦਾ ਸਾਰਾ ਕੁਝ ਹੁਣ ਜਦੋਂ ਇਸ ਤਰ੍ਹਾਂ ਦੇ ਹਾਲਾਤ ਬਣੇ ਮਈ ਮਹੀਨੇ ਵਿੱਚ ਘੇਰਾ ਪੈ ਗਿਆ ਯਾਦ ਰੱਖਿਓ ਜੇ ਸਭ ਤੋਂ ਪਹਿਲੀ ਗੱਲ ਸਿੱਖ ਇਸ ਗੱਲ ਲਈ ਤਾਂ ਕਦੇ ਪ੍ਰਵਾਹ ਨਹੀਂ ਨ ਕਰਦਾ ਉਹਦੇ ਕੋਲ ਗੁਰੂ ਪ੍ਰਤੱਖ ਰੂਪ ਦੇ ਵਿੱਚ ਹੈ। ਦੁੱਜੀ। ਮੇਰੇ ਪਾਤਸ਼ਾਹ ਨੇ ਆ ਤੱਕ ਅਮ ਬੜਾ ਅਗੰਮੀ ਕੀਤਾ ਨਾ ਇਹਦੀ ਤਾਂ ਮਿਸਾਲ ਲੱਭਣੀ ਔਖੀ ਹੈ। ਮੈਂ ਹੁਣੇ ਤੁਹਾਡਾ ਜ਼ਿਕਰ ਕੀਤਾ। ਉਹਨਾਂ ਲੋਕਾਂ ਨੂੰ ਸਤਗੁਰ ਨੇ ਆਨੰਦਪੁਰ ਸਾਹਿਬ ਤੋਂ ਕੱਢਿਆ ਸੀ। ਓ ਵਾਹ ਓਏ ਮੇਰੇ ਦਾਤਿਆ ਤੈਨੂੰ ਨਮਸਕਾਰ ਆ। ਪਰ ਤੂੰ ਆਪਣਾ ਪਰਿਵਾਰ ਨਹੀਂ ਕੱਢਿਆ। ਬਜ਼ੁਰਗਾਂ ਨੂੰ ਭੇਜਣ ਵਾਲਿਆ ਤੇਰੀ ਮਾਂ ਖੁਦ ਦੀ ਬਜ਼ੁਰਗ ਹੈ ਬੱਚਿਆਂ ਨੂੰ ਭੇਜਣ ਵਾਲਿਆ ਤੇਰੇ ਖੁਦ ਦੇ ਬੱਚੇ ਨਹੀਂ ਵਝਦਾਤੇ ਆ ਸਿੱਖਾਂ ਨੂੰ ਕਿਵੇਂ ਭਰਮ ਪੈ ਸਕਦਾ ਹੈ ਜੇ ਸਿੱਖ ਗੁਰੂ ਲਈ ਆਪਾਂ ਕੁਰਬਾਨ ਕਰ ਰਹੇ ਨੇ ਨਾ ਕਿਉਂ ਲਾ ਸਿੱਖਾਂ ਲਈ ਗੁਰੂ ਆਪਣਾ ਪਰਿਵਾਰ ਨਾਲ ਨਹੀਂ ਬਿਠਾ ਸਾਰਿਆਂ ਨੂੰ ਨੰਦਪੁਰ ਸਾਹਿਬ ਤੋਂ ਭੇਜਿਆ ਬੀਬੀਆਂ ਬੱਚਿਆਂ ਨੂੰ ਪਰ ਉਹਨੇ ਆਪਣਾ ਪਰਿਵਾਰ ਨਹੀਂ ਭੇਜਿਆ ਆ ਕਿਤੇ ਗੁਰਮਤਿ ਦੀ ਐਸ ਕਦਰ ਨੂੰ ਆਪਾਂ ਸਮਝੀਏ ਮਨਾ ਉਹ ਮੈਂ ਤੇ ਵਾਰ-ਵਾਰ ਤੁਹਾਨੂੰ ਬੇਨਤੀਆਂ ਕਰਦਾ ਹੱਥ ਜੋੜ-ਜੋੜ ਕੇ ਫਿਰ ਉਹ ਕਿਵੇਂ ਡੇਰੀਆਂ ਤੇ ਜਾਏਗਾ ਕਿਵੇਂ ਉਹ ਪਟਕੇਗਾ ਕਿਵੇਂ ਕਬਰਾਂ ਤੇ ਮੱਥਾ ਟੇਕੇਗਾ ਕਿਵੇਂ ਨਸ਼ਿਆਂ 'ਚ ਜੁੜੇਗਾ ਜਦੋਂ ਇਹ ਦੇਖੇਗਾ ਵੀ ਸਾਹਮਣੇ ਐਡੇ ਵੱਡੇ ਖਦਰਿਆਂ ਨੇ ਆਉਣ ਵਾਲੇ ਸਮੇਂ 'ਚ ਸਾਡਾ ਸਾਹਮਣਾ ਕਰਨਾ ਹੈ ਨਾ ਉਹਨੂੰ ਫਤਿਹ ਸਿੰਘ ਚੇਤੇ ਆਉਂਦਾ ਨਾ ਉਹਨੂੰ ਜੁਰਮਰ ਸਿੰਘ ਚੇਤੇ ਆਉਂਦਾ ਉਹ ਨਾਲ ਸਿੱਖਣ ਦੇ ਲਈ ਬੈਠਾ ਮੇਰਾ ਪਾਤਸ਼ਾਹ ਇੱਕ ਵਾਰੀ ਮੈਂ ਥੋੜੇ ਜਿਹੇ ਹਾਲਾਤ ਬਾਹਰ ਦੇ ਖੂਬ ਬੇਨਤੀ ਕਰਨਾ ਚਾਹੁੰਦਾ ਹੁਣ ਇਹ ਗੱਲ ਚੇਤਾ ਰੱਖਿਓ ਜੇ ਜਿਹੜੀਆਂ ਫੌਜਾਂ ਬਾਹਰੋਂ ਆਉਂਦੀਆਂ ਨੇ ਨਾ ਉਹ ਆਪਣੇ ਨਾਲ ਭਾਵੇਂ ਬਹੁਤ ਕੁਝ ਲੈ ਕੇ ਵੀ ਆਉਣ ਤਦ ਵੀ ਥੋੜਾ ਹੋਇਆ ਕਰਦਾ ਹੈ ਐਡੀ ਵੱਡੀ ਫੌਜ ਦਾ ਰਾਸ਼ਨ ਤੇ ਇਹਨਾਂ ਕੋੜਿਆਂ ਦੇ ਉਹਨਾਂ ਦਾ ਜਿਹੜਾ ਖਾਣਾ-ਦਾਣਾ ਉਹਨਾਂ ਦਾ ਘਾਹ ਪੱਠਾ ਇਹ ਸਾਰੇ ਕੁਝ ਉਸ ਇਲਾਕੇ ਵਿੱਚੋਂ ਪੂਰਾ ਕੀਤਾ ਜਾਂਦਾ ਸੀ ਯਾਦ ਰੱਖਿਓ ਜੀ ਹੁਣ ਇਹ ਹਾਕਮ ਨੇ ਇਹਨਾਂ ਜਿਹੜੇ ਇਹਨਾਂ ਨੇ ਤਿੰਨ ਘੇਰੇ ਪਾਏ ਨੇ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਸਭ ਤੋਂ ਜਿਹੜਾ ਅਨੰਦਪੁਰ ਸਾਹਿਬ ਦੇ ਨੇੜੇ ਦਾ ਘੇਰਾ ਹੈ ਉਹਦੇ ਵਿੱਚ ਬਹੁਤ ਚੁਣੇ ਹੋਏ ਜਵਾਨ ਨੇ بڑے ਵੱਡੇ ਵੱਡੇ ਜਰਨੈਲ ਨੇ ਜਿਹੜੇ ਹਰ ਵਕਤ ਅਨੰਦਪੁਰ ਸਾਹਿਬ ਤੇ ਨਜ਼ਰ ਰੱਖਦੇ ਨੇ ਔਰ ਇਹਨਾਂ ਦੀਆਂ ਟੁਕੜੀਆਂ ਵੀ ਨੇ ਅਨੰਦਪੁਰ ਸਾਹਿਬ ਨੂੰ ਆਉਣ ਬਾਣੇ ਕੋਈ ਪਗਡੰਡੀ ਕੋਈ ਰਸ਼ਟਾ ਕੋਈ 베ੜੀ ਰੰਕਿਸ਼ੇ ਵੀ ਤਰ੍ਹਾਂ ਦੇ ਕਿਸੇ ਵੀ ਰਸਤੇ ਦੇ ਉੱਤੇ ਅਦੇਹਾ ਨਹੀਂ ਜਿੱਥੇ ਹਾਕਮਾਂ ਨੇ ਪਹਿਰਾ ਨਾ ਲਾਇਆ ਹੋਵੇ ਬਲਕਿ ਸਖਤ ਪਹਿਰਾ ਨਾ ਲਾਇਆ ਹੋਵੇ ਇੱਕ ਕਿਰਾ ਅਨੰਦਪੁਰ ਸਾਹਿਬ ਦੇ ਦੁਆਲੇ ਆ ਬਿਲਕੁਲ ਲਾ ਕੇ ਥੋੜੀ ਦੂਰੀ ਉੱਤੇ ਜਿੱਥੋਂ ਤੀਰ ਦੀ ਵੀ ਮਾਰ ਹੋ ਸਕੇ ਜਿੱਥੋਂ ਗੋਲੀ ਦੀ ਵੀ ਮਾਰ ਹੋ ਸਕੇ ਜਿੱਥੋਂ ਲੋੜ ਪਈ ਤੇ ਤੋਪਾਂ ਨਾਲ ਵੀ ਉਡਾਇਆ ਜਾ ਸਕੇ ਹਰ ਇੱਕ ਤਰ੍ਹਾਂ ਦਾ ਪ੍ਰਬੰਧ ਹੈ ਉਹਨਾਂ ਕੋਲ ਦੂਜੀ ਗੱਲ ਦੂਜਾ ਕਿਰਾ ਥੋੜਾ ਜਿਹਾ ਹਟਮਾ ਪਿੱਛੇ ਹੈ ਇਹ ਤਾਂ ਉਹਨਾਂ ਨੂੰ ਪਤਾ ਹੈ ਕਿ ਜਦੋਂ ਸਿੱਖ ਇਕੱਠੇ ਹੋ ਕੇ ਹੱਲਾ ਕਰਦੇ ਨੇ ਨਾ ਤੇ ਕਈ ਵਾਰੀ ਵੱਡੀਆਂ ਵੱਡੀਆਂ ਫੌਜਾਂ ਨੂੰ ਭਾਜਣਾ ਪਾ ਦਿੰਦੇ ਨੇ ਇਸ ਪਹਿਲੇ ਘੇਰੇ ਵਿੱਚੋਂ ਕਿਤੇ ਅਚਾਨਕ ਕੋਈ ਇਹੋ ਜਿਹਾ ਕਾਰਨ ਬਣ ਜਾਏ ਇਹਨਾਂ ਉੱਤੇ ਕੀਤਾ ਹੋਇਆ ਹੱਲਾ ਤੇ ਇਹਨਾਂ ਦੀ ਕੋਈ ਕਮਜ਼ੋਰੀ ਨਾ ਬਣੇ ਇਹਨਾਂ ਦੇ ਲਈ ਝੱਟ ਮਦਦ ਪਹੁੰਚ ਜਾਏ ਉਹ ਕਿਸੇ ਵੀ ਆਉਣ ਵਾਲੇ ਰਸਤੇ ਦੇ ਵਿੱਚੋਂ ਹੋਵੇ ਤੇ ਉਸ ਲਈ ਇੱਕ ਕੇਦਾ ਇਹਨਾਂ ਦੇ ਪਿੱਛੇ ਹੈ ਜਿਹੜਾ ਇਹਨਾਂ ਨੂੰ ਹਥਿਆਰ ਦਿੰਦਾ ਹੈ ਜਿਹੜਾ ਭੋਜਨ ਪਾਣੀ ਪਚਾਉਂਦਾ ਹੈ ਜਿਹੜਾ ਨਾਲ ਉਹਨਾਂ ਯੋਧਿਆਂ ਨੂੰ ਵੀ ਭੇਜਦਾ ਆਈਆਂ ਹੋਈਆਂ ਖਬਰਾਂ ਵੀ ਦੱਸਦਾ ਹੈ ਸਾਰਾ ਕੁਝ ਅੰਦਰਲੇ ਘੇਰੇ ਨੂੰ ਹਰ ਇੱਕ ਤਰ੍ਹਾਂ ਦੀ ਇੱਕ ਇੱਕ ਪਲ ਪਲ ਦੀ ਉਹਨਾਂ ਦੀ ਸੇਵਾ ਸੰਭਾਲਦਾ ਹੈ ਇਹ ਜਿਹੜਾ ਪਿੱਛੇ ਕੇਦਾ ਕਰਦਾ ਹੈ ਇੱਕ ਪਰਤ ਹੋਰ ਹੈ ਘੇਰੇ ਦੀ ਉਹ ਹੈ ਅਨੰਦਪੁਰ ਸਿਵ ਤੋਂ ਕਾਫੀ ਦੂਰ ਤੱਕwidehatmi ਉਹ ਉਹ ਹੈ ਜਿਨ੍ਹਾਂ ਨੇ ਬਾਹਰੋਂ ਘੋੜਿਆਂ ਦੇ ਘਾ ਪੱਠਿਆਂ ਦਾ ਪ੍ਰਬੰਧ ਕਰਨਾ ਹੈ ਫੌਜਾਂ ਦੇ ਖਾਣੇ ਦਾਣੇ ਦਾ ਪ੍ਰਬੰਧ ਕਰਨਾ ਹੈ ਫੌਜਾਂ ਦੇ ਕੱਪੜੇ ਲੀੜੇ ਦਾ ਪ੍ਰਬੰਧ ਕਰਨਾ ਹੈ ਤੇ ਪਿੰਡਾਂ ਵਿੱਚੋਂ ਕੋਈ ਉੱਠ ਕੇ ਇਹਨਾਂ ਤੱਕ ਪਹੁੰਚ ਨਾ ਸਕੇ ਉਸ ਕਲ ਨੂੰ ਮਨਾ ਕਰਨਾ ਹੈ ਤੇ ਇਠੋਂ ਦੇ ਐਲਾਨ ਚੌਧਰੀਆਂ ਤੱਕ ਪਹੁੰਚਾਉਣੇ ਨੇ ਕਿ ਕਿਸੇ ਤਰ੍ਹਾਂ ਦੀ ਵੀ ਕੋਈ ਖਬਰ ਜਿਹੜੀ ਹੈ ਉਹ ਅੰਦਰ ਦੀ ਬਾਹਰ ਨਾ ਜਾਵੇ ਤੇ ਬਾਹਰ ਦੀ ਖਬਰ ਅੰਦਰ ਆਨੰਦਪੁਰ ਦੇ ਵਾਸੀਆਂ ਨੂੰ ਪ੍ਰਾਪਤ ਨਾ ਹੋਵੇ ਇਹ ਤਾਂ ਉਸ ਵੇਲੇ ਦੇ ਹਾਲਾਤ ਨੇ ਆ 1984 ਮੇਰੀ ਉਮਰ ਵਾਲਿਆਂ ਦੀ ਅੱਖਾਂ ਦੇ ਸਾਹਮਣੇ ਵਰਤੇ ਆ ਫਿਰ ਵੀ ਕਿੰਨਾ ਕੁਛ ਸੀ ਅੱਜ ਕਿੰਨਾ ਕੁਛ ਸਾਡੇ ਕੋਲ ਹੈ ਖਬਰਾਂ ਆ ਜਾਣ ਵਾਸਤੇ ਫਿਰ ਵੀ ਬਹੁਤਾਤ ਪੱਖ 1984 ਦੇ ਅਸੀਂ ਪਰ ਤਖ ਨਹੀਂ ਕਰ ਸਕੇ ਉਹਦੇ ਵਿੱਚੋਂ ਬਹੁਤ ਕਿੰਨਾ ਕੁਝ ਰੈਫਰੈਂਸ ਲਾਇਬ੍ਰੇਰੀਆਂ ਵਿੱਚੋਂ ਲੁੱਟਿਆ ਗਿਆ ਕਿੰਨਾ ਕੁਝ ਗੁਰੂ ਘਰ ਦਾ ਵਿਰਸਾ ਚਲਾ ਗਿਆ ਕਿਵੇਂ ਕਿਵੇਂ ਸ਼ਹਾਦਤਾਂ ਹੋਈਆਂ ਉਹਨਾਂ ਮਹਾਨ ਜਰਨੈਲਾਂ ਦੀਆਂ ਸ਼ਹਾਦਤਾਂ ਅੱਜ ਤੱਕ ਅਸੀਂ ਸਪਸ਼ਟ ਨਹੀਂ ਕਰ ਪਾ ਰਹੇ ਕਿ ਕਿਵੇਂ ਹੋਈਆਂ ਤੇ ਉਸ ਵੇਲੇ ਦੇ ਹਾਲਾਤ ਤਾਂ ਤੁਸੀਂ ਸੋਚ ਕੇ ਦੇ ਕੁਝ ਤਾਂ ਕੁਝ ਵੀ ਨਹੀਂ ਸੀ ਹੁੰਦਾ ਮੂੰਹ ਤੋਂ ਮੂੰਹ ਤੱਕ ਖਬਰ ਜਾਇਆ ਕਰਦੀ ਸੀ ਚਿੱਠੀਆਂ ਦੇ ਪੰਨਿਆਂ ਦੇ ਉੱਤੇ ਖਬਰ ਜਾਇਆ ਕਰਦੀ ਸੀ ਜਿਹੜੇ ਲੋਕ ਪਿੰਡਾਂ ਵਿੱਚੋਂ ਕੋਈ ਉੱਠ ਕੇ ਵੀ ਹੁੰਦਾ ਸੀ ਨਾ ਅਨੰਦਪੁਰ ਸਾਹਿਬ ਦੀ ਮਦਦ ਲਈ ਤੇ ਉਹਨਾਂ ਨੂੰ ਬੜੀ ਦੂਰ ਤੱਕ ਹੀ ਦਬਾ ਲਿਆ ਜਾਂਦਾ ਸੀ ਪਿੰਡਾਂ ਵਿੱਚ ਹੀ ਉਹਨਾਂ ਦੇ ਉੱਤੇ ਐਡਾ ਕਹਿਰ ਕੀਤਾ ਜਾਂਦਾ ਸੀ ਕਿ ਕਿਸੇ ਹੋਰ ਦੇ ਕਦਮ ਜਿਹੜੇ ਉਹ ਅਨੰਦਪੁਰ ਸਾਹਿਬ ਵਾਲੇ ਪਾਸੇ ਨੂੰ ਨਾ ਤੁਰਨ ਯਾਦ ਰੱਖਿਓ ਇੱਕ ਪਾਸੇ ਅੰਦਰ ਆਪਾਂ ਵਾਰਨ ਵਾਲੇ ਨੇ ਦੂਜੇ ਪਾਸੇ ਬਾਹਰੋਂ ਕੋਈ ਮਦਦ ਨਾ ਆਵੇ ਇਹ ਐਡਾ ਵੱਡਾ ਕੱਸਿਆ ਕੋਈ ਅਸਕੰਜਾ ਹੈ ਜਿਹਨੂੰ ਅਸੀਂ ਬਹੁਤ ਵਾਰੀ ਛੋਟੇ ਜਿਹੇ ਸ਼ਬਦਾਂ ਵਿੱਚ ਬਿਆਨ ਕਰਕੇ ਤੇ ਅੱਗੇ ਨਿਕਲ ਜਾਂਦੇ ਹਾਂ ਮੇਰੇ ਮਨ ਵਿੱਚ ਇਹ ਜੀਚ ਸੀ ਕਿ ਜੇ ਇਤਿਹਾਸ ਦੇ ਪੱਖ ਆਪਾਂ ਵਿਚਾਰਨ ਲੱਗੇ ਤਾਂ ਹਰ ਪੱਖ ਦੇ ਉੱਤੋਂ ਆਪਾਂ ਨੂੰ ਇਹ ਗੱਲ ਜਿਹੜੀ ਸਪਸ਼ਟ ਹੋਣੀ ਚਾਹੀਦੀ ਹੈ ਮੈਂ ਬੇਨਤੀ ਕਰਨੀ ਚਾਹੁੰਦਾ ਅੰਦਰ ਦਾ ਇੱਕ ਦਰਸ਼ਨ ਮੈਂ ਤੁਹਾਨੂੰ ਹੋਰ ਦਿਖਾਉਣਾ ਚਾਹੁੰਦਾ ਫਿਰ ਆਪਾਂ ਸਮਾਪਤੀ ਕਰਾਂਗੇ ਇਹ ਗੱਲ ਨਿਚੇ ਤੱਕ ਰੱਖਿਓ ਸਭ ਤੋਂ ਪਹਿਲੀ ਗੱਲ ਉਹਨਾਂ ਦੇ ਕੋਲ ਗੁਰੂ ਪ੍ਰਤੱਖ ਰੂਪ ਤੇ ਦੂਜੀ ਗੱਲ ਉਹਨਾਂ ਦੇ ਕੋਲ ਗੁਰਬਾਣੀ ਦਾ ਖਜ਼ਾਨਾ ਬਹੁਤ ਵੱਡਾ ਹੈ ਇਹ ਬਹੁਤ ਵੱਡੀ ਦਾਤ ਸੀ ਕੋਈ ਦੋ ਰਮਾਨੀ ਬਾਰੋਂ ਰਾਸ਼ਨ ਬੰਦ ਹੋ ਗਿਆ। ਬੜਾ ਸੰਭਲ ਕੇ ਬਰਤ ਰਹੇ ਨੇ। ਪਰ ਚੇਤਾ ਰੱਖਿਓ ਥਾਲ ਵਿੱਚ ਤਿੰਨ ਵਸਤੂ ਪਈਓ। ਸਤ ਸੰਤੋਖ ਵਿਚਾਰੋ। ਰਾਸ਼ਨ ਘਟ ਗਿਆ। ਭੁੱਖ ਵੀ ਹੈ। ਪਰ ਸਿੱਖਾਂ ਦਾ ਸਬਰ ਐਡਾ ਵੱਡਾ ਹੋ ਗਿਆ। ਘਟਿਆ ਹੋਇਆ ਰਾਸ਼ਨ ਵੀ ਜ਼ਿਆਦਾ ਲੱਗਦਾ। ਉਹ ਭੁੱਖ ਵੀ ਐਡੀ ਛੋਟੀ ਬਣ ਗਈ ਸਬਰ ਤੇ ਅੱਗੇ ਹਾਰ ਗਈ ਦੁਨੀਆ ਵਿੱਚ ਦੋ ਕਾਰਨ ਹੋਇਆ ਕਰਦੇ ਨੇ ਇੱਕ ਭੁੱਖ ਤੇ ਦੂਜਾ ਦੁੱਖ ਜਿਦੋਂ ਲੋਕ ਵੱਡੇ ਵੱਡੇ ਜਰਨੈਲ ਵੀ ਜ਼ਿੰਦਗੀ ਦੇ ਫੈਸਲੇ ਬਦਲ ਲਿਆ ਕਰਦੇ ਨੇ ਤਨ ਮੇਰੇ ਸਤਿਗੁਰੂ ਤੇਰੇ ਸਿੱਖ ਜਿਨ੍ਹਾਂ ਦਾ ਸਬਰ ਐਡਾ ਵੱਡਾ ਉੱਚਾ ਹੋ ਗਿਆ ਉਹਨਾਂ ਸਾਹਮਣੇ ਭੁੱਖ ਛੋਟੀ ਹੋ ਗਈ ਜਿਨ੍ਹਾਂ ਦਾ ਸਬਰ ਏਡਾ ਵੱਡਾ ਹੋ ਗਿਆ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਰੂਪੀ ਥਾਲ ਵਿੱਚ ਪਈਆਂ ਵਸਤੂਆਂ ਦੇ ਉਸ ਭੋਜਨ ਨਾਲ ਆਪਣੇ ਮਨ ਨੂੰ ਏਡਾ ਬਲਵਾਨ ਕਰ ਲਿਆ ਕਿ ਉਹ ਕਿਸੇ ਤਰ੍ਹਾਂ ਦਾ ਦੁੱਖ ਭੁੱਖ ਉਹਨਾਂ ਨੂੰ ਸਤਾ ਨਹੀਂ ਰਿਹਾ ਯਾਦ ਰੱਖਿਓ ਮੈਂ ਗੁਰੂ ਕੇ ਸ਼ਬਦ ਦਾ ਸਹਾਰਾ ਲੈਣਾ ਚਾਹੁੰਨਾ ਇਨ ਚੇਤੇ ਵਿੱਚ ਰੱਖਿਓ ਆਮ ਘਰਾਂ ਦੇ ਵਿੱਚ ਬਣੇ ਹੋਏ ਵੱਡੀਆਂ-ਵੱਡੀਆਂ ਇਮਾਰਤਾਂ ਦੂਜਿਆਂ ਮੁਲਕਾਂ 'ਚ ਆਪਾਂ ਕਿਡੀਆਂ-ਕਿੱਡੀਆਂ ਇਮਾਰਤਾਂ ਦੀਆਂ ਫੋਟੋਆਂ ਦੇਖਦੇ ਆ ਪਰ ਉਹ ਕਾਦੇ ਆਸਰੇ ਖਲੋਤੀਆਂ ਨੇ ਉਹ ਪਿੱਲਰਾਂ ਦੇ ਆਸਰੇ ਖਲੋਤੀਆਂ ਨੇ ਜਿਨ੍ਹਾਂ ਨੂੰ ਦੇਖਦੇ ਆ ਦੇਖਦੇ ਆ ਸਿਰ ਉੱਚਾ ਚੁੱਕਣਾ ਔਖਾ ਹੋ ਜਾਂਦਾ ਵੀ ਪਾਗਣਾ ਲੱਥ ਜਾਏ ਐਡੀਆਂ ਵੱਡੀਆਂ-ਵੱਡੀਆਂ ਇਮਾਰਤਾਂ ਕਾਦੇ ਆਸਰੇ ਖਲੋਤੀਆਂ ਨੇ ਪਿੱਲਰਾਂ ਦੇ ਆਸਰੇ ਸਤਗੁਰੂ ਨੇ ਕੈਸੀ ਕਮਾਲ ਦੀ ਉਦਾਹਰਨ ਦਿੱਤੀ ਹੈ ਜੋ ਮੰਦਰ ਕੋ ਥਮੈ ਥੰਮਨ ਤਿਉ ਗੁਰ ਕਾ ਸ਼ਬਦ ਮਨੇ ਅਸ਼ੰਮਨ ਮਨ ਨ ਢਿਗੇ ਤਨ ਕਾਹੀ ਕੋ ਡਰਾਏ ਚਰਨ ਕਮਲ ਚ ਤਰੇ ਹੋ ਸਮਾਏ ਡੋਲਦਾ ਤੇ ਮਨ ਹੁੰਦਾ ਹੈ ਨਾ ਜਿਨ੍ਹਾਂ ਦੇ ਮਨਾਂ ਨੂੰ ਗੁਰੂ ਕਾ ਸ਼ਬਦ ਅਸ਼ੰਮਨ ਬਣ ਗਿਆ ਜਿਨ੍ਹਾਂ ਦੇ ਮਨਾਂ ਲਈ ਤੂ ਮੇਰੋ ਮੇਰ ਪਰਵਤ ਚ ਸਵਾਮੀ ਓਟ ਗਹੀ ਮੈਂ ਤੇਰੀ ਨਾ ਤਮ ਡੋਲੋ ਨਾ ਹਮ ਗਿਰਤੇ ਰਖ ਲੀਨੀ ਹਰ ਮੇਰੀ ਉਹਨਾਂ ਦੇ ਮਨ ਐਡੇ ਬਲਵਾਨ ਨੇ ਕਿਸੇ ਤਰ੍ਹਾਂ ਦੀ ਵੀ ਕੋਈ ਕਮਜ਼ੋਰੀ ਉਹਨਾਂ ਦੇ ਸਾਹਮਣੇ ਨਹੀਂ ਹੈ ਫੌਜਾਂ ਭਾਵੇਂ ਬਹੁਤ ਨੇ ਪਰ ਸਿੱਖਾਂ ਦੇ ਹੌਸਲੇ ਬੜੇ ਬਣਾਉਂਦੇ ਨੇ ਉਹਨਾਂ ਕੋਲ ਹਥਿਆਰ ਭਾਵੇਂ ਥੋੜੇ ਨੇ ਪਰ ਗੁਰੂ ਦਾ ਪਿਆਰ ਮਨਾਉਂ ਹੀ ਉਹਨਾਂ ਤੇ ਕੋਲ ਹੈ ਜਦੋਂ ਗਰੀਬ ਨਮਾਜ਼ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਸੀਨੇ ਨਾਲ ਲੱਗ ਜਾਂਦਾ ਨਾ ਸਿੱਖ ਉਹ ਕਹਿੰਦਾ ਉਹ ਪਾਤਸ਼ਾਹ ਮੌਤ ਤਾਂ ਕੁਝ ਵੀ ਨਹੀਂ ਹੁੰਦਾ ਤੇਆ ਦੁਨੀਆ ਦੀ ਭੁੱਖ ਤਾਂ ਕੁਝ ਵੀ ਨਹੀਂ ਹੁੰਦਾ ਤੇਆ ਦੁਨੀਆ ਦਾ ਦੁੱਖ ਤਾਂ ਕੁਝ ਵੀ ਨਹੀਂ ਹੁੰਦਾ ਤੇਆ ਸ਼ਹਨ ਸ਼ਾਦੀ ਸ਼ਹਨ ਜਿਸ ਪਿਆਰੇ ਸਿਉ ਨੇ ਤਿਸ ਅੱਗੇ ਮਰ ਚਲੀ ਐ ਤੇ ਰਿਗ ਜੀਵਨ ਸੰਸਾਰ ਤਾਂ ਕੇ ਪਛਾ ਜੀਵਣਾ ਤਨਖਾਹਾਂ ਲਈ ਲੜਨ ਵਾਲੇ ਨਹੀਂ ਇਹ ਤਾਂ ਸੱਚੀਆਂ ਮੁਹੱਬਤਾਂ ਦੇ ਬਣ ਜਾ ਰਹੇ ਨੇ ਪਿਆਰ ਵਾਲੇ ਨੇ ਐਡਾ ਵੱਡਾ ਸਬਰ ਹੈ ਉਹਨਾਂ ਦਾ ਜਦੋਂ ਲੰਗਰ ਵਿੱਚ ਪ੍ਰਸ਼ਾਦਾ ਵਰਤਾਇਆ ਜਾਂਦਾ ਆ ਕੋਈ ਬਜ਼ੁਰਗ ਬੈਠਾ ਹੈ ਉਹਦੇ ਨਾਲ ਕੋਈ ਜੁਵਾਨ ਬੈਠਾ ਹੈ ਬਜ਼ੁਰਗ ਨੂੰ ਪ੍ਰਸ਼ਾਦਾ ਮਿਲਦਾ ਅੱਧਾ ਤੋੜ ਕੇ ਜਵਾਨ ਦੀ ਥਾਲੀ 'ਚ ਰੱਖ ਦਿੰਦਾ ਹੈ ਉਹ ਜਵਾਨਾ ਤੂੰ ਮੇਰੀ ਕੌਮ ਦਾ ਭਵਿੱਖ ਹੈ ਉਹ ਜਵਾਨਾ ਤੂੰ ਇਨਸਾਨੀਅਤ ਦੀ ਅਕਾਲ ਪੁਰਖ ਦੀ ਫੌਜ ਦਾ ਸਿਪਾਹੀ ਹੈ ਤੂੰ ਅੱਗੇ ਹੋ ਕੇ ਲੜਨਾ ਅਸੀਂ 4 ਦਿਨ ਜ਼ਿੰਦਗੀ ਦੇ ਘੱਟ ਵੀ ਜੀ ਲਾਂਗੇ ਸਬਰ ਕਰ ਲਾਂਗੇ ਜਦੋਂ ਕਿਸੇ ਬੱਚੇ ਦੀ ਥਾਲੀ ਵਿੱਚ ਪ੍ਰਸ਼ਾਦਾ ਹੁੰਦਾ ਹੈ ਉਹ ਸਹਿਬਜ਼ਾਦਿਆਂ ਕੋਲੋਂ ਸਿੱਖੇ ਹੋਏ ਨੇ ਇੱਕ ਦਿਨ ਦੀ ਗੱਲ ਨਹੀਂ ਹੁੰਦੀ ਬੜੇ ਲੰਮੇ ਸਮੇਂ ਦੀ ਗੱਲ ਐ ਉਹ ਬੱਚੇ ਵੀ ਆਪਣਾ ਪ੍ਰਸ਼ਾਦਾ ਉਹਨਾਂ ਨੌਜਵਾਨਾਂ ਅਗੇ ਰੱਖ ਦਿੰਦੇ ਨੇ ਨੌਜਵਾਨ ਵੀ ਵੰਡ ਕੇ ਖਾਂਦੇ ਨੇ ਉਹ ਗੁਰੂ ਤੇਰੀ ਐਡੀਆਂ ਵੱਡੀਆਂ ਰਹਿਮਤਾਂ ਉਹਨਾਂ ਦੇ ਦਿਲ ਵਿੱਚ ਅਜੋ ਗੁਰਬਾਣੀ ਦੇ ਸ਼ਬਦ ਪ੍ਰਤੱਖ ਨਜ਼ਰ ਆ ਰਹੇ ਨੇ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖਮਨ ਆਏ ਵਸਿਆ ਜਿਨ ਇੱਛਾਂ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰਬਿਟੋ ਜਿਸਤੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸੱਚਾ ਨਾਮ ਮੇਰਾ ਆਧਾਰੋ ਸ਼ਾਮ ਹੁੰਦੀ ਐ ਸਾਰੇ ਕਿਲਿਆਂ ਵਿੱਚੋਂ ਕੁਝ ਸਿੰਘ ਗੁਰੂ ਗੋਬਿੰਦ ਸਿੰਘ ਜੀ ਕੋਲ ਆਨੰਦਗੜ੍ਹ ਆਉਂਦੇ ਨੇ आनंदगढ़ ਵਿੱਚੋਂ ਸਤਗੁਰੂ ਜੀ ਸਵੇਰੇ ਸ਼ਾਮ ਗੁਰੂ ਕੇ ਸਿੱਖਾਂ ਨੂੰ ਇੱਕ ਤਿੱਖੀ ਤਕਰੀਰ ਕਰਕੇ ਹਾਲਾਤਾਂ ਨੂੰ ਸਮਝਾ ਕੇ ਤੇ ਹਰ ਰੋਜ਼ ਜੰਗ ਦੀ ਨਵੀਂ ਨੀਤੀ ਕਰਕੇ ਤੇ ਮੇਰੇ ਪਾਤਸ਼ਾਹ ਉਹਨਾਂ ਕਿਲਿਆਂ ਚੋਂ ਫੌਜਾਂ ਨੂੰ ਸਨੇਹੀ ਭੇਜਦੇ ਨੇ ਗੁਰਦੇਵ ਜੀ ਆਪ ਵੀ ਵਿਚਰ ਕੇ ਬਹੁਤ ਬਰੀ ਉਹਨਾਂ ਕਿਲਿਆਂ ਦਾ ਤੇ ਉਹਨਾਂ ਗੁਰੂ ਕੇ ਸ਼ੂਰਮਿਆਂ ਦਾ ਧਿਆਨ ਰੱਖਦੇ ਨੇ ਤਾਂ ਕਿ ਕਿਸੇ ਤਰ੍ਹਾਂ ਦੀ ਵੀ ਕੋਈ ਪੱਖ ਵਿੱਚ ਕਮਜ਼ੋਰੀ ਨਾ ਆ ਸਕੇ ਕੋਈ ਦੋ ਰਾਮਾ ਨਹੀਂ ਬੜੌਖਾ ਹੁੰਦਾ ਬਰਦਾਸ਼ਤ ਕਰਨਾ ਤੁਸੀਂ ਦੇਖੋ ਵੀ ਕਿੱਡਾ ਕੋ ਕਹਿਰ ਵਰਤਿਆ ਹੋਵੇਗਾ ਹੁਣ ਬਹੁਤ ਘੱਟ ਘੋੜੇ ਨੇ ਗੁਰੂ ਕੇ ਸਿੱਖਾਂ ਕੋਲ ਐਸੇ ਵੇਲੇ ਤੇ ਯਾਦ ਰੱਖੋ ਪ੍ਰਸਾਦੀ ਹਾਥੀ ਵਰਗੇ ਚੜਾਈ ਕਰਕੇ ਨੇ ਜਿਨ੍ਹਾਂ ਦੇ ਮਰਤਕ ਸ਼ਰੀਰ ਵੀ ਉੱਥੇ ਹੀ ਗਰਾਉਂਡਾਂ 'ਚ ਉੱਥੇ ਮੈਦਾਨਾਂ 'ਚ ਪਏ ਨੇ ਉਸ ਪਹਾੜੀਆਂ 'ਚ ਪਏ ਨੇ ਉਹਨਾਂ ਦੀ ਮਰਤਕ ਸ਼ਰੀਰਾਂ ਦਾ ਵੀ ਕੁਝ ਕਿਰਿਆ ਕਰਮ ਕਰਨ ਦੇ ਲਾਇਕ ਨਹੀਂ ਜਿਵੇਂ ਘੋੜੇ ਚੜਾਈ ਕਰਕੇ ਸੀ ਬਹੁਤ ਜ਼ਿਆਦਾ ਥੋੜੇ ਜਿਹੇ ਘੋੜੇ ਨੇ ਥੋੜਾ ਜਿਹਾ ਲੰਗਰ ਬਣਦਾ ਉਹਨੂੰ ਸੰਭਲ ਸੰਭਲ ਕੇ ਗੁਰੂ ਕੇ ਸਿੱਖ ਵਰਤਦੇ ਨੇ 7 ਮਹੀਨੇ ਦਾ ਇਹ ਘੇਰਾ ਮਈ ਮਹੀਨੇ ਚੁੱਪਿਆ ਹੋਇਆ ਤੇ ਆਖਰਕਾਰ ਦਸੰਬਰ ਦਾ ਮਹੀਨਾ ਆ ਗਿਆ ਗੁਰੂ ਕੇ ਸਿੱਖ ਤਾਂ ਹਰ ਪੱਖ ਤੋਂ ਤਿਆਰ ਨੇ ਪਰ ਬਾਹਰ ਵਾਲਿਆਂ ਦਾ ਸਬਰ ਟੁੱਟਦਾ ਜਾਂਦਾ ਜਿਨ੍ਹਾਂ ਨੂੰ ਕੁਝ ਵੀ ਨਹੀਂ ਮਿਲਿਆ ਉਹਨਾਂ ਦੇ ਸਬਰ ਬੁਲੰਦੀਆਂ ਤੇ ਨੇ ਜਿਨ੍ਹਾਂ ਨੂੰ ਸਭ ਕੁਝ ਮਿਲ ਗਿਆ ਉਹਨਾਂ ਦੇ ਸਬਰ ਹੁਣ ਡਾਮਾ ਡੋਲ ਰਹੇ ਨੇ ਇਹ ਉਹਨਾਂ ਦੇ ਪਰ ਸਾਹਿਬ ਦੇ ਹਾਲਾਤ ਨੇ ਮਾਂ ਗੁਜਰ ਕੌਰ ਆਪਣੇ ਪੁੱਤਰਿਆਂ ਨੂੰ ਆਪਣੇ ਪੁੱਤਰੇ ਵਰਗੇ ਬੱਚਿਆਂ ਨੂੰ ਸੰਭਾਲਦੇ ਨੇ ਗੁਰੂ ਕੇ ਜੋਦੇ ਗੁਰੂ ਚਰਨਾਂ ਵਿੱਚੋਂ ਨਿਤ ਦਿਹਾੜੇ ਨਵੇਂ ਮੁਸੀਬਤ ਨਾਲ ਨਵੇਂ ਹੌਤ ਦੇ ਨਾਲ ਲੜਨ ਲਈ ਤਿਆਰ ਹੋ ਗਏ ਨੇ ਕਿਸੇ ਤਰ੍ਹਾਂ ਦੀ ਵੀ ਅੰਦਰ ਕੋਈ ਕਮੀ ਕਮਜ਼ੋਰੀ ਨਹੀਂ ਹੈ ਤੇ ਬਾਹਰਲੇ ਆਪਣੇ ਹਾਲਾਤ ਨੇ ਉਹਨਾਂ ਨੇ ਵੀ ਪੂਰੇ ਤੌਰ ਤੇ ਸ਼ਿਕਤਾਈ ਕੀਤੀ ਹੋਈ ਹੈ ਇਸ ਤੋਂ ਅਗਲੀ ਵਿਚਾਰ ਕਿਵੇਂ ਉਹ ਝੂਠੀਆਂ ਕਸਮਾਂ ਖਾ ਕੇ ਤੇ ਗੁਰੂ ਸਾਹਿਬ ਜੀ ਫਿਰ ਹੁਣ ਆਨੰਦ ਪਰਸੇਬ ਨੂੰ ਛੱਡਣਾ ਹੈ ਇਹ ਆਉਣ ਵਾਲੇ ਸਮੇਂ 'ਚ ਸਾਂਝ ਪਾਵਾਂ ਅੱਜ ਦੀ ਵਿਚਾਰ ਕਰਦੇ ਹਾਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਨੂੰ ਖਿਮਾ ਬਖਸ਼ਿਸ਼ ਕਰਨੀ ਆਪਣੇ ਇਤਿਹਾਸ ਨੂੰ ਚੰਗੀ ਤਰ੍ਹਾਂ ਕੋਖ ਵਿਚਾਰ ਕੇ ਉਸ ਵੇਲੇ ਦੇ ਹਾਲਾਤਾਂ ਨੂੰ ਦਿਮਾਗ ਵਿੱਚ ਰੱਖ ਕੇ ਉਹ ਤਸਵੀਰ ਮੈਂ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ ਹੈ ਜ਼ਰੂਰੀ ਨਹੀਂ ਸਾਰਿਆਂ ਦੀ ਸਹਿਮਤੀ ਹੋਵੇ ਪਰ ਮੈਨੂੰ ਜੋ ਗੁਰੂ ਦੀ ਸ਼ਖਸੀਅਤ ਵਿੱਚੋਂ ਉੱਭਰਦੇ ਪੱਖ ਸਨ ਉਨਨ ਉਹਨੇ ਕਿ ਮੈਂ ਤੁਹਾਡੀ ਨੂੰ ਸਾਂਝ ਪਾਈਏ ਭੋਲਾ ਚੱਕਾਂ ਦੀ ਖਿਮਾ ਜੀ ਪਿਆਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ